ਵਾਹਿ ਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈ ਵਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਚੜ੍ਹਦੀ ਸਵੇਰ ਅਸੀਂ ਸਤਸੰਗਤ ਦੇ ਪਲ ਮਾਣ ਪਾ ਰਹੇ ਹਾਂ ਉਹੋ ਭਾਗਤਾ ਹੈ ਰੂਟੀਨ ਦੇ ਦੀਵਾਨਾਂ ਵਿੱਚ ਸਾਡਾ ਜਮਾਤੀ ਨਿਤਨੇਮ ਆਸਾ ਕੀ ਵਾਰ ਅਜੇ ਹੁਣੇ ਸੰਪੂਰਨ ਹੋਏ ਨੇ ਹੁਣ ਸਮਾਂ ਹੈ ਗੁਰਸਥਾਨ ਦੀ ਮਰਿਆਦਾ ਅਨੁਸਾਰ ਜੋ ਅੱਜ ਦੇ ਵਾਕ ਗੁਰਹੁਕਮ ਸਾਨੂੰ ਤਾਮੀਰ ਹੋਏ ਨੇ ਪ੍ਰਭਾਤ ਸਮੇਂ ਉਹਨਾਂ ਦਾ ਅਸੀਂ ਵਿਆਖਿਆਨ ਕਰੀਏ ਸੋ ਬਚਨ ਆਪ ਅਜੇ ਹੁਣੇ ਦੁਹਰਾ ਕੇ ਸਰਵਨ ਕਰ ਰਹੇ ਸੀ ਰਾਗ ਸੋਰਠ ਦੀ ਰਚਨਾ ਹੈ ਮਹਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਬਚਨ ਨੂੰ ਉਚਰਿਤ ਕਰ ਰਹੇ ਨੇ ਸ਼ਬਦ ਕੋਈ ਬਹੁਤ ਲੰਮੇਰਾ ਨਹੀਂ ਦੋ ਬੰਦਾਂ ਦਾ ਵਾਕ ਹੈ ਹਮੇਸ਼ਾ ਦੀ ਤਰ੍ਹਾਂ ਰਹਾਉ ਦੇ ਬੰਧ ਤੋਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ ਗੁਰਦੇਵ ਜ਼ਿਕਰ ਕਰਦੇ ਨੇ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਹਰ ਕੇ ਨਾਮ ਕੀ ਵਡਿਆਈ ਸ਼ਬਦ ਗੁਰੂ ਹੈ ਅਤੇ ਸ਼ਬਦ ਹਰਫਾਂ ਅੱਖਰਾਂ ਦੇ ਜੋੜਾਂ ਨਾਲ ਜੋ
ਸਕ੍ਰਿਪਟ ਹੈ, ਉਹਦੇ ਅੰਦਰ ਦਿੱਤੀ ਹੋਈ ਰੌਸ਼ਨੀ, ਦਿੱਤਾ ਹੋਇਆ ਗਿਆਨ, ਦਿੱਤੀ ਹੋਈ ਸਿੱਖਿਆ, ਦਿੱਤਾ ਹੋਇਆ ਉਪਦੇਸ਼, ਉਹ ਸਾਡੀ ਪਕੜੇ 'ਚ ਆਵੇ, ਇਹ ਜ਼ਰੂਰੀ ਹੈ। ਫਿਰ ਮੈਂ ਬੇਨਤੀ ਕਰਦੇ ਹਾਂ, ਕਈ ਵਾਰੀ ਚੀਜ਼ਾਂ ਹੁੰਦੀਆਂ ਇਸ ਰੂਪ ਦੇ ਵਿੱਚ। ਇੱਥੇ ਮੈਨੂੰ ਯਾਦ ਆ, ਗਾਲਬਨ ਹੁਣ ਤਾਂ 20 ਸਾਲ ਹੋ ਗਏ ਹੋਣੇ ਨੇ, ਆਈ ਹੈਵ ਵਾਜ ਕੁਆਇਟ ਯੰਗ ਦੈਟ ਟਾਈਮ, ਆਈ ਕੇਮ ਇਨ ਦੋਜ਼ ਡੇਜ਼ ਐਜ਼ ਏ ਵਿਜ਼ਿਟਰ ਓਵਰ ਹੇਅਰ, ਐਂਡ ਸਮ ਹਾਓ ਇੱਥੇ ਇੱਕ ਕੋਈ ਯਹੋਵਾਜ਼ ਵਾਲਿਆਂ ਦਾ ਕੋਈ ਕ੍ਰਿਸਚਨ ਗਰੁੱਪ ਆਇਆ, ਅਤੇ ਉਸ ਸਮ ਸੋਰਟ ਆਫ ਡਿਸਕਸ਼ਨ ਹੋ ਰਹੀ ਸੀ ਇੱਥੇ ਆਫਿਸ ਦੇ ਵਿੱਚ, ਅਤੇ ਉਹ ਸਾਡੇ ਸੱਜਣ ਸੀਗੇ, ਅਤੇ ਉਹ ਇਹਨਾਂ ਨੂੰ ਕਹਿੰਦੇ ਕਹਿੰਦੇ ਵੀ ਉਹ ਗੱਲ ਹੋ ਗਈ, ਹੂ ਇਜ਼ ਯੋਰ ਮਾਸਟਰ, ਕਹਿੰਦਾ ਮਾਈ ਮਾਸਟਰ ਇਜ਼ ਸ਼ਬਦ, ਕਹਿੰਦਾ ਵਟ ਡੂ ਮੀਨ ਸ਼ਬਦ, ਕਹਿੰਦੇ ਸ਼ਬਦ ਮੀਨ ਵਰਡ, ਵਰਡ ਇਜ਼ ਮਾਈ ਮਾਸਟਰ, ਉਹ ਕਹਿੰਦੇ ਵਿੱਚ ਵਰਡ, ਵਿੱਚ ਵਰਡ ਇਜ਼ ਯੋਰ ਮਾਸਟਰ, ਦੇਰ ਸੋ ਮੈਨੀ ਵਰਡਸ। ਉਹ ਸਟੱਕ ਹੋ ਗਿਆ ਹੁਣ, ਪਿਆਰ ਕਰ ਹੁਣ ਮੈਂ ਕੀ ਜਵਾਬ ਦੇਵਾਂ। ਅਤੇ ਖੈਰ ਉਹ ਫਿਰ ਮੈਨੂੰ ਬੁਲਾਇਆ, ਕਹਿਣ ਲੱਗਾ ਭਾਈ ਸਾਹਿਬ ਆ ਇਸ ਤਰ੍ਹਾਂ ਗੱਲ ਕਰ ਰਹੇ ਨੇ। ਉਹ ਮੈਨੂੰ ਫਿਰ ਬਾਤ ਟੂਕ ਮਾਤਰ 'ਚ ਬਾਤ ਕਰਾਂ, ਅਤੇ ਉਹ ਕਹਿੰਦਾ ਯਾ ਹੀ ਵਾਜ਼ ਟੈਲਿੰਗ ਮੀ ਵਰਡ ਇਜ਼ ਮਾਈ ਮਾਸਟਰ, ਸੋ ਵਿੱਚ ਵਰਡ ਆਈ ਐਮ ਆਸਕਿੰਗ ਹਿਮ। ਮੈਂ ਕਿਹਾ ਕਿ ਗੱਲ ਇਹ ਹੈ ਕਿ ਨੋ ਡਾਊਟ ਗੱਲਾਂ ਬਾਤਾਂ ਦੀ ਤਿਕੜਮਬਾਜ਼ੀ ਤਾਂ ਕੁਛ ਵੀ ਹੋ ਸਕਦੀ ਹੈ, ਪਰ ਇਨ ਰਿਐਲਿਟੀ ਵਟ ਹਿਜ਼ ਐਕਚੁਲੀ ਮੀਨਿੰਗ ਯੂ ਕੈਨ ਅੰਡਰਸਟੈਂਡ ਦੈਟ ਇਜ਼ ਸਕ੍ਰਿਪਚਰ। ਇਹ ਤਾਂ ਤੈਨੂੰ ਸਮਝ ਆਉਂਦਾ ਹੀ ਹੈ ਨਾ, ਇਹ ਤਾਂ ਕੋਈ ਇਹ ਨਹੀਂ ਹੈਗਾ ਕੋਈ ਕੋਈ ਆਊਟ ਆਫ ਦਾ ਮਤਲਬ ਵਰਲਡ ਕੁਝ ਗੱਲ ਕੀਤੀ ਹੈਗੀ, ਇਹ ਤਾਂ ਗੱਲ ਕੀਤੀ ਸਕ੍ਰਿਪਚਰ ਦੀ। ਅਤੇ ਸਕ੍ਰਿਪਚਰ ਦੇ ਵਿੱਚ ਈਵਨ ਜਦੋਂ ਆਪਾਂ ਗੱਲ ਵੀ ਕਰ ਰਹੇ ਹਾਂ, ਵੀ ਆਰ ਟਾਕਿੰਗ ਵਿਦ ਈਚ ਅਦਰ, ਓਕੇ ਆਰ ਯੂ ਏਬਲ ਟੂ ਅੰਡਰਸਟੈਂਡ ਮਾਈ ਮੈਸੇਜ ਇਨ ਫਿਊ ਵਰਡਸ ਔਰ ਮੋਰ ਵਰਡਸ ਔਰ ਲੈਸ ਵਰਡਸ, ਯੂ ਨੀਡ ਐਪਰੋਪ੍ਰੀਏਟ ਵਰਡਸ ਜਿਹੜੇ ਮੇਰੇ ਮੈਸੇਜ ਨੂੰ ਕੈਰੀ ਕਰਕੇ ਜਾਣ ਅਤੇ ਤੈਨੂੰ ਅੰਡਰਸਟੈਂਡ ਹੋਵੇ। ਜੇ ਉਹਦੇ ਵਿੱਚੋਂ ਕੁਝ ਵਰਡ ਮਿਸਿੰਗ ਹੋਣਗੇ ਜਾਂ ਕੁਝ ਵਰਡਸ ਐਕਸਟਰਾ ਹੋਣਗੇ, ਐਕਸਟਰਾ ਹੋਣ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਕਲਟਰ, ਜਿਹਦੀ ਲੋੜ ਨਹੀਂ ਹੈ, ਮਤਲਬ ਗੱਲ ਤਾਂ ਕਰਨੀ ਹੈ ਵੀ ਕੋਈ ਕੰਮ ਕਰਨਾ ਵੀ ਇੱਥੋਂ ਤੂੰ ਨਾ ਫਲਾਂ ਜਗ੍ਹਾ 'ਤੇ ਜਾਣਾ, ਉਹਦੀ ਪਹਿਲਾਂ ਇੱਕ ਸਟੋਰੀ ਬਣਾਈ ਜਾਏ, ਫਿਰ ਉਸ ਤੋਂ ਬਾਅਦ ਉਸ ਕੰਮ ਹੋਣ ਦੀ ਬਾਅਦ ਵਾਲੀ ਸਟੋਰੀ ਬਿਆਨ ਕੀਤੀ ਜਾਏ, ਜਿਹੜੀ ਕੰਮ ਵਾਲੀ ਗੱਲ ਹੈ ਉਹ ਵਿੱਚ ਕਿਤੇ ਮਿਸ ਹੀ ਹੋ ਜਾਏ, ਉਹ ਬਾਕੀ ਸਾਰਾ ਕਲਟਰ 'ਤੇ ਖਿਲਾਰ ਦਿੱਤਾ, ਤੂੰ ਵਿਚਲੀ ਜਿਹੜੀ ਕੰਮ ਦੀ ਗੱਲ ਰਹਿ ਗਈ। ਇਹ ਵੀ ਹੋ ਸਕਦਾ ਸ਼ਬਦ ਦਾ ਮਾਇਨਾ ਵੀ ਨਾ ਤਾਂ ਇਹ ਹੈ ਵੀ ਘੱਟ ਜਿਹੜੇ ਸ਼ਬਦ ਨੇ ਉਹ ਮੈਸੇਜ ਕੈਰੀ ਕਰ ਸਕਦੇ, ਨਾ ਹੈ ਵੀ ਵੱਧ ਸ਼ਬਦ, ਇਹ ਤਾਂ ਇਹ ਹੈ ਕਿ ਜਿਹੜਾ ਸ਼ਬਦ ਮੈਸੇਜ ਕਨਵੇ ਕਰੇ ਉਸ ਰੂਪ ਦੇ ਵਿੱਚ ਆ। ਖੈਰ ਫਿਰ ਉਹ ਕਹਿਣ ਲੱਗਾ ਠੀਕ ਆ, ਮਤਲਬ ਲਿਟਰੇਸੀ ਨੂੰ ਪ੍ਰਮੋਟ ਕਰਦੇ ਹੋ ਤੁਸੀਂ, ਲਿਟਰੇਚਰ ਨੂੰ ਪ੍ਰਮੋਟ ਕਰਦੇ ਹੋ, ਇਹ ਸਭ ਕੁਛ ਜਿਵੇਂ ਵੈਸਟਰਨ ਵਰਲਡ 'ਚ ਸਮਝ ਆਉਂਦਾ। ਮੈਂ ਕਿਹਾ ਹਾਂ, ਪਰ ਲਿਟਰੇਸੀ ਅਤੇ ਲਿਟਰੇਚਰ ਦਾ ਫਿਰ ਮਾਇਨਾ ਬੜਾ ਉਪਰਾ ਜਿਹਾ ਸਰਫਸ 'ਤੇ ਹੈਗਾ ਹੈ, ਥੋੜ੍ਹਾ ਡੀਪ ਲੈਵਲ 'ਤੇ ਜਾਣਾ। ਡੀਪ ਲੈਵਲ 'ਤੇ ਜਾਣ ਦਾ ਮਤਲਬ ਇਹ ਹੈ ਕਿ ਲਿਟਰੇਸੀ ਜਿੰਨੀ ਮਰਜ਼ੀ ਹੋਏ, ਹੁਣ ਪੜ੍ਹਾਈ ਲਿਖਾਈ ਕੋਈ ਘੱਟ ਥੋੜ੍ਹਾ ਆ, ਪਰ ਪੜ੍ਹਾਈ ਲਿਖਾਈ ਹੋਣ ਦੇ ਨਾਲ ਕੀ ਹੋ ਗਿਆ, ਅੱਜ ਐਥਿਕਸ ਮਤਲਬ ਇੱਥੇ ਇੱਕ ਨਾ ਕਦੀ ਕਦੀ ਮੇਰੇ ਕੋਲ ਓਟਵਾ ਯੂਨੀਵਰਸਿਟੀ ਤੋਂ ਪ੍ਰੋਫੈਸਰ ਆਉਂਦੀ ਹੈ, ਉਹ ਐਕਚੁਲੀ ਉਹਦੀ ਵੀ ਇੱਕ ਬੜੀ ਲੰਮੀ ਚੌੜੀ ਸਟੋਰੀ ਹੈ, ਟੂਕ ਮਾਤਰੀ ਬਿਆਨ ਕਰ ਦਿੰਦਾ। ਜਦੋਂ ਹਾਰਪਰ ਗਵਰਨਮੈਂਟ ਬਣੀ ਪਹਿਲੀ ਵਾਰੀ, ਤਾਂ ਹੋਇਆ ਇਹ ਕਿ ਉਹਨਾਂ ਨੇ ਜਿਹੜੀ ਐਥਨਿਕ ਕਮਿਊਨਿਟੀਜ਼ ਨੇ ਇਹਨਾਂ ਦੇ 'ਚ ਰੈਡੀਕਲਿਜ਼ਮ ਵੱਧ ਰਿਹਾ,
ਇਹ ਰੈਡੀਕਲ ਬਣ ਰਹੀਆਂ ਨੇ। ਉਹਦੇ ਉੱਤੇ ਇੱਕ ਉਹਨਾਂ ਨੇ ਸਟੱਡੀ ਕੰਡਕਟ ਕੀਤੀ ਸੀ, ਕਿਉਂਕਿ ਉਹ ਜਿਹੜਾ ਸੋਸ਼ਲ ਕੰਜ਼ਰਵੇਟਿਵ ਐਲੀਮੈਂਟ ਆ ਉਹਨੂੰ ਕੈਟਰ ਕਰਨ ਵਾਸਤੇ ਆਏ ਸੀਗੇ। ਅਤੇ ਉਹ ਆਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਜੈਕਟ ਦੇ ਦਿੱਤਾ ਵੀ ਠੀਕ ਹੈ, ਵੀ ਵਾਕਿਆ 'ਚ ਹੀ ਰੈਡੀਕਲਿਜ਼ਮ ਵੱਧ ਰਿਹਾ ਐਥੀਕਲ ਜਿਹੜੀ ਐਥਨਿਕ ਕਮਿਊਨਿਟੀ ਦੇ ਵਿੱਚ। ਅਤੇ ਉਹ ਇੱਥੇ ਆ ਗਈ ਕੁਝ ਕਮਿਊਨਿਟੀ ਦੇ ਲੋਕਾਂ ਨੂੰ ਇੰਟਰਵਿਊ ਕਰਨ ਵਾਸਤੇ, ਅਤੇ ਖਾਸ ਕਰਕੇ ਉਹ ਚਰਚਾ ਹੋ ਰਹੀ ਸੀ ਗੁਰੂ ਨਾਨਕ ਐਮਰਜੈਂਸੀ ਜਿਹੜਾ ਨਾਮ ਰੱਖਿਆ ਬਰੈਂਪਟਨ ਹੋਸਪਿਟਲ ਦੇ ਬਾਹਰ, ਅਤੇ ਉਹਦਾ ਉਹਨੇ ਪ੍ਰੋਜੈਕਟ ਬਣਾਇਆ ਕਿ ਓਕੇ ਵਾਈ ਦੇ ਆਰ ਬ੍ਰਿੰਗਿੰਗ ਦਿਸ ਨੇਮ ਓਵਰ ਹੇਅਰ ਇਨ ਆਵਰ ਕੈਨੇਡੀਅਨ ਇੰਸਟੀਟਿਊਸ਼ਨਸ, ਵਟ ਸੋ ਇੰਪੋਰਟੈਂਟ ਅਬਾਊਟ ਗੁਰੂ ਨਾਨਕਸ ਨੇਮ ਫਾਰ ਦੈਮ। ਇਹਦੇ ਉੱਤੇ ਉਹ ਪੁੱਛ ਪੜਤਾਲ ਕਰ ਰਹੀ ਹੈ। ਉਹ ਅਲਟੀਮੇਟਲੀ ਹੋਇਆ ਇਹ ਕਿ ਉਹ ਜਿੰਨੀ ਪੁੱਛ ਪੜਤਾਲ ਕੀਤੀ ਉਹ ਹੋਰ ਕਨਫਿਊਜ਼ ਹੋ ਗਈ, ਕਿਉਂਕਿ ਕੋਈ ਬੰਦਾ ਉਹਨੂੰ ਸਹੀ ਮੈਸੇਜ ਨਹੀਂ ਦੇ ਪਾ ਰਿਹਾ। ਉਹ ਕਰਦਿਆਂ ਕਰਦਿਆਂ UFT ਕੈਂਪਸ ਚਲੀ ਗਈ, ਉੱਥੇ ਮੇਰਾ ਬੜਾ ਪਿਆਰਾ ਇੱਕ ਬੱਚਾ ਹੈ ਸਟੂਡੈਂਟ, ਅਤੇ ਉਹ ਉਹਨੂੰ ਮਿਲ ਗਿਆ ਉੱਥੇ, ਅਤੇ ਉਹ ਕਹਿੰਦਾ ਵੀ ਉਹਨੂੰ ਆਈ ਵਿਲ ਸੈਂਡ ਯੂ ਸਮਵੇਅਰ ਵੀ ਯੂ ਕੈਨ ਗੈਟ ਸੈਟਿਸਫੈਕਟਰੀ ਆਨਸਰਸ। ਉਹਨੇ ਮੈਨੂੰ ਕਿਹਾ ਭਾਈ ਸਾਹਿਬ ਇਸ ਤਰੀਕੇ ਨਾਲ ਤੂੰ ਲੱਭਦੀ ਫਿਰਦੀ, ਤੂੰ ਕੋਈ ਕੋਈ ਨੂੰ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਅਤੇ ਉਹਦਾ ਪ੍ਰੋਜੈਕਟ ਆ। ਖੈਰ ਉਹ ਆ ਗਈ ਮੇਰੇ ਕੋਲ, ਗੱਲਾਂ ਬਾਤਾਂ ਹੋਈਆਂ ਖੂਬ ਸਾਰੀਆਂ, ਫਿਰ ਤੂੰ ਮੈਂ ਜਿਵੇਂ ਕਿਹਾ ਵੀ ਉਹ ਬਾਅਦ 'ਚ ਕਈ ਚੀਜ਼ਾਂ ਲੈ ਕੇ ਆਈ ਫਿਰ ਮੁੜ ਕੇ। ਉਹ ਕਹਿੰਦੀ ਕਹਿੰਦੀ ਓਕੇ ਸਿੱਖਸ ਹੈਵ ਬੀਨ ਇਨ ਦਿਸ ਕੰਟਰੀ ਮੋਰ ਦੈਨ 100 ਈਅਰਸ, ਵਾਈ ਆਰਨਟ ਦੇ ਏਬਲ ਟੂ ਫਾਇੰਡ ਆਊਟ ਐਨੀ ਕੈਨੇਡੀਅਨ ਆਈਡੀਅਲ, ਕੈਨੇਡੀਅਨ ਸਿੱਖ ਆਈਡੀਅਲ, ਹੋਮ ਦੇ ਸ਼ੁੱਡ ਐਕਚੁਲੀ ਬ੍ਰਿੰਗ ਇਨ ਦੀਸ ਕਾਇੰਡ ਆਫ ਇੰਸਟੀਟਿਊਸ਼ਨ ਨੇਮਸ, ਉਹਨੂੰ ਪ੍ਰੈਫਰੈਂਸ ਕਰਨੀ ਚਾਹੀਦੀ ਹੈ, ਐਵੇਂ ਕਿਉਂ ਕੀਤਾ ਗਿਆ, ਇਸ ਕਿਸਮ ਦੇ ਸਵਾਲ ਸੀਗੇ ਉਹਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਗੱਲ ਹੈ, ਤੂੰ ਗੱਲ ਆਪਣੀ ਜਗ੍ਹਾ 'ਤੇ ਸਹੀ ਕਹਿ ਰਹੀ ਹੈ, ਪਰ ਜੋ ਤੂੰ ਇੱਕ ਸਿੱਖ ਸਾਈਕੀ ਨੂੰ ਅੰਡਰਸਟੈਂਡ ਕਰੇਂਗੀ ਨਾ, ਤਾਂ ਫਿਰ ਤੈਨੂੰ ਪਤਾ ਲੱਗਿਆ ਵੀ ਇਹ ਕਿਸੇ ਨੇ ਇੰਟੈਂਸ਼ਨਲੀ ਨਹੀਂ ਕੀਤਾ। ਇਫ ਯੂ ਆਰ ਥਿੰਕਿੰਗ ਸਮਵਨ ਐਕਚੁਲੀ ਬ੍ਰਿੰਗਿੰਗ ਦਿਸ ਨੇਮ ਵੈਰੀ ਓਨ ਇੰਟੈਂਸ਼ਨ ਲੈਵਲ ਐਂਡ ਵੈਰੀ ਅਵੇਅਰ ਲੈਵਲ, ਨੋਟ ਐਟ ਆਲ, ਇਟਸ ਕਮਿੰਗ ਫਰੋਮ ਅਵਰ ਅਨਕੋਨਸ਼ੀਅਸ, ਬਿਕੋਜ਼ ਵੈਨ ਵੀ ਥਿੰਕ ਅਬਾਊਟ ਐਨੀਥਿੰਗ ਇਨ ਦਿਸ ਵਰਲਡ, ਐਨੀ ਸੋਰਟ ਆਫ ਅਚੀਵਮੈਂਟ, ਐਨੀ ਸੋਰਟ ਆਫ ਐਕਚੁਲੀ ਕੈਨ ਸੇ ਕਾਇੰਡ ਆਫ ਰਿਵਾਰਡ, ਵਨ ਥਿੰਗ ਇਟਸ ਗੋਨਾ ਕਮ ਇਨ ਅਵਰ ਮਾਇੰਡ ਆਟੋਮੈਟਿਕਲੀ ਐਂਡ ਦੈਟ ਇਜ਼ ਗੁਰੂ, ਐਂਡ ਦੈਟਸ ਵਾਈ ਸਮ ਐਕਚੁਲੀ ਬਰੋਡ ਦਿਸ ਨੇਮ ਗੁਰੂ ਨਾਨਕ। When they brought this idea, I wasn't here, I wasn't a part of that whole, you can say, fundraising and all, anything, but I'm giving you the real perspective, why this name is actually came in their mind. Okay, it makes sense. Hun mainu pata lag gaya. Actually, jehdi cheez aa, te eh gal hai vi sachi. Baba ji di bani padhiye, guru, guru, guru karman mor, guru bina, main na hi hor. ਜਿਨ੍ਹਾਂ ਦੀ ਹੋਂਦ ਹੀ ਇਹਦੇ ਵਿੱਚੋਂ ਆਈ ਹੋਏ, ਜਿਹੜੇ ਗੁਰੂ ਗੁਰੂ ਜਪਦੇ ਕਹਿੰਦੇ ਕਹਾਉਂਦੇ ਉਸੇ ਰੂਪ ਵਿੱਚ ਨਿਕਲ ਕੇ ਆਏ ਹੋਣ, ਉਹਨਾਂ ਨੂੰ ਤਾਂ ਉਹਨਾਂ ਦੀ ਤਾਂ ਆਸਥਾ ਦਾ ਮਰਕਜ਼ ਹੀ ਰਹਿ ਜਾਂਦਾ ਸਾਰਾ। ਸੋ ਇਹ ਰੂਪ ਤਾਂ ਆਇਆ। ਖੈਰ ਜਿਹੜੀ ਅਸਲ ਬਾਤ ਕਰਨ ਲੱਗਾ ਸੀਗਾ, ਅਤੇ ਉਹ ਜਦੋਂ ਉਹਦੇ ਨਾਲ ਕਾਫੀ ਲੰਮੀ ਚੌੜੀ ਬਾਤ ਹੋਈ, ਅਤੇ ਮੈਡੀਕਲ ਸਕੂਲ 'ਚ ਪੜ੍ਹਾਉਂਦੀ ਉੱਥੇ, ਅਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਕੀ ਪੜ੍ਹਾਉਂਦੀ ਆ ਉੱਥੇ, ਵੀ ਮੈਂ ਸੋਚਿਆ ਕੋਈ ਬਾਇਓਲੋਜੀਕਲ ਡਾਕਟਰ ਸਾਈਡ ਤੋਂ ਹੋਣੀ ਹੈ। ਉਹ ਕਹਿੰਦੀ ਮੈਂ ਐਥਿਕਸ ਪੜ੍ਹਾਉਂਦੀ ਹਾਂ, ਮੈਂ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਨੇ ਮੈਡੀਕਲੀ ਪ੍ਰੋਫੈਸ਼ਨਲਸ ਦੇ ਤੌਰ 'ਤੇ ਸਰਵ ਕਰਨਾ ਆ ਸੋਸਾਇਟੀ ਦੇ ਵਿੱਚ, ਮੈਂ ਉਹਨਾਂ ਨੂੰ ਐਥਿਕਸ ਪੜ੍ਹਾਉਂਦੀ ਹਾਂ। ਮੈਂ ਕਿਹਾ ਵੀ ਅੱਛਾ, ਫਿਰ ਤੇਰਾ ਕੰਮ ਤਾਂ ਬੜਾ ਸੌਖਾ ਹੀ ਹੈ, ਯੂ ਨੋ, ਇਹਨੇ ਵੇ ਵੀ ਕੈਨ ਥਿੰਕ ਕਿ ਓਕੇ ਠੀਕ ਹੈ, ਇਹਨੇ ਕਿਹੜਾ ਕੋਈ ਬਾਇਓਲੋਜੀ ਪੜ੍ਹਾਉਣੀ ਹੈ, ਮੈਡੀਕਲ ਪੜ੍ਹਾਉਣਾ, ਇਹਨੇ ਕਿਹੜਾ ਉਹਨਾਂ ਨੂੰ ਕੋਈ ਉਸ ਕਿਸਮ ਦੇ ਨਾਲ ਪ੍ਰਪੇਅਰ ਕਰਨਾ। ਉਹ ਕਹਿੰਦੀ ਮਿਸਟਰ ਸਿੰਘ, ਆਰ ਯੂ ਸੇਇੰਗ ਇਟ? ਮੈਂ ਕਿਹਾ ਆਮ ਸੋਰੀ ਇਫ ਆਈ ਓਫੈਂਡਡ ਯੂ, ਬਟ
ਆਈ ਬਿਲੀਵ ਇਨ ਦੈਟ ਵੇ ਕਹਿੰਦੀ ਨੋਟ ਐਟ ਆਲ ਕਹਿੰਦੀ ਸਭ ਤੋਂ ਔਖਾ ਕੰਮ ਹੀ ਹੈਗਾ ਕਹਿੰਦੀ ਉਹਨਾਂ ਦੇ ਕੋਲ ਉੱਤੇ ਉੱਥੇ ਮੈਡੀਕਲ ਸਕੂਲ ਵਿੱਚ ਐਂਟਰੀ ਦਾ ਮਤਲਬ ਹੀ ਇਹ ਹੈ ਵੀ ਉਹ ਕੈਰੀਅਰ ਓਰੀਐਂਟਡ ਨੇ ਮਨੀ ਓਰੀਐਂਟਡ ਨੇ ਉਹ ਤਾਂ ਬਸ ਆਪਣੇ ਜੀਵਨ ਦੀ ਜਿਹੜੀ ਵਰਲਡਲੀ ਪ੍ਰੋਸਪੈਰਿਟੀ ਉਹ ਤੋਂ ਬਿਨਾਂ ਕੁਛ ਦੇਖਦੇ ਹੀ ਨਹੀਂ ਉਹਨਾਂ ਨੂੰ ਬੈਲੈਂਸ ਕਰਨਾ ਸਿਖਾਉਣਾ ਵੀ ਉਹ ਭਲਿਓ ਨਿਰਾ ਪੈਸਾ ਨਹੀਂ ਹੁੰਦਾ ਦੌਲਤ ਨਹੀਂ ਹੁੰਦੀ ਸਰਮਾਇਆ ਨਹੀਂ ਹੁੰਦਾ ਇਹ ਸਿਰਫ ਤੁਹਾਡੀਆਂ ਜਿਹੜੀਆਂ ਨੇ ਪੁਜ਼ੈਸ਼ਨ ਅਤੇ ਪੋਜੀਸ਼ਨਸ ਇਹੀ ਨਹੀਂ ਸਭ ਕੁਛ ਇਸ ਤੋਂ ਉੱਤੇ ਵੀ ਕੁਛ ਹੁੰਦਾ ਕਹਿੰਦੀ ਸੋਚਦਾ ਹੀ ਨਹੀਂ ਕੋਈ ਬਿਓਂਡ ਕੋਈ ਜਾਂਦਾ ਹੀ ਨਹੀਂ ਕੀਤਾ ਕੀ ਜਾਏ ਬੜਾ ਹਾਰਡ ਆ ਬੜਾ ਔਖਾ ਆ ਐਥਿਕਸ ਪੜ੍ਹਾਉਣੇ ਕਿੰਨੇ ਔਖੇ ਨੇ ਹੁਣ ਇਹ ਮੈਂ ਇਸ ਪੋਸਟ ਮਾਡਰਨ ਵਰਲਡ ਦੇ ਵਿੱਚ ਇੱਕ ਸਕਾਲਰ ਲੈਵਲ ਦੇ ਬੰਦੇ ਦੀ ਗੱਲ ਕਰ ਰਿਹਾ ਇਸ ਰੂਪ ਦੇ ਵਿੱਚ ਜਿਹੜੇ ਉਹਨਾਂ ਲੋਕਾਂ ਨਾਲ ਡੀਲ ਕਰਦੇ ਨੇ ਜਿਨ੍ਹਾਂ ਕੋਲ ਬੜੀ ਤਾਲੀਮ ਆ ਬੜੀ ਐਜੂਕੇਸ਼ਨ ਆ ਜਿਹੜੇ ਵੱਡੇ ਪੱਧਰ 'ਤੇ ਐਮ ਕੈਟ ਪਾਸ ਕਰਕੇ ਅਤੇ ਯੂਨੀਵਰਸਿਟੀ ਤੱਕ ਮੈਡੀਕਲ ਪ੍ਰੋਫੈਸ਼ਨਲ ਬਣਨ ਵਾਸਤੇ ਗਏ ਨੇ ਜੇ ਉਹਨਾਂ ਬਾਰੇ ਉਹਨਾਂ ਦਾ ਪ੍ਰੋਫੈਸਰ ਉਹਨਾਂ ਦੇ ਟੀਚਰਸ ਇਹ ਗੱਲ ਕਹਿ ਰਹੇ ਨੇ ਇੱਕ ਆਮ ਬਸ਼ਰ ਦੀ ਹਾਲਤ ਕੀ ਹੋਏਗੀ ਅੰਦਾਜ਼ਾ ਲਾਇਆ ਜਾ ਸਕਦਾ ਲੋਕਾਂ ਨੂੰ ਕਿਉਂ ਨਹੀਂ ਇਨਵਾਇਰਮੈਂਟ ਅਪੀਲ ਕਰਦਾ ਆ ਸਾਹਮਣੇ ਦਿਸ ਨਹੀਂ ਰਿਹਾ ਸਾਰਾ ਕੀ ਹੋ ਰਿਹਾ ਕੈਲੀਫੋਰਨੀਆ ਦੀ ਹਾਲਤ ਦੇਖੋ ਤੁਸੀਂ ਲੋਸ ਐਂਜਲਸ ਵਿੱਚ ਦੋ ਦਿਨ ਪਹਿਲਾਂ ਸਾਡੇ ਇੱਥੇ ਹੈਲੀਫੈਕਸ ਵਾਲੀ ਹਾਲਤ ਦੇਖੋ ਤੁਸੀਂ ਡਰਾਊਟ ਦੀ ਕੰਡੀਸ਼ਨ ਦੇਖੋ ਪ੍ਰੇਰੀਸ ਦੇ ਵਿੱਚ ਅੱਛਾ ਗਜਬ ਇਹ ਹੈ ਪੜ੍ਹੇ ਲਿਖੇ ਲੋਕ ਨੇ ਸਾਰੇ ਰੋਜ਼ ਔਨਲਾਈਨ ਜਾ ਕੇ ਜਿਹੜੀ ਹੈ ਸਾਰੀ ਸਰਫਿੰਗ ਕਰਦੇ ਨੇ ਸਾਰਾ ਕੁਛ ਡਾਟਾ ਪ੍ਰਜੈਂਟ ਹੁੰਦਾ ਸਾਰਾ ਪਰ ਕਾਰਨ ਕੀ ਹੈ ਕਾਰਨ ਇਹ ਹੈ ਇਹ ਸਾਰੀ ਲਿਟਰਸੀ ਜਿਹੜੀ ਹੈ ਇਹਨਾਂ ਨੂੰ ਕੰਪੈਲ ਨਹੀਂ ਕਰਦੀ ਇਹ ਸੋਚਣ ਵਾਸਤੇ ਕਿ ਆਪਣੀ ਹੋਂਦ ਬਾਰੇ ਸੋਚਣ ਇਹ ਲਿਟਰਸੀ ਕਿਸ ਕਿਸ ਕੰਮ ਦੀ ਹੈ ਜੇ ਬੰਦਾ ਇੰਨਾ ਵੀ ਨਹੀਂ ਸੋਚ ਸਕਦਾ ਕਿ ਮੇਰੀ ਅਤੇ ਮੇਰੀ ਆਉਣ ਵਾਲੀਆਂ ਜਨਰੇਸ਼ਨਸ ਦੀ ਹੋਂਦ ਜੇ ਇਹ ਹੈਬੀਟੈਟ ਜਿਹੜਾ ਹੈ ਇਹੀ ਨਾ ਰਿਹਾ ਕਿੱਥੇ ਜਾਵਾਂਗੇ ਕਦੀ ਗੱਲਾਂ ਹੋਈ ਸੀ ਪੁਲਾੜ ਦੀਆਂ ਪੁਲਾੜ ਦੀ ਸਾਇੰਸ ਦੀਆਂ ਸਾਰੇ ਉਸ ਰੂਪ ਦੇ ਵਿੱਚ ਅਤੇ ਉਲਾਮਾ ਦਾ ਇੱਕ ਇਸ਼ਰਾਰ ਹੈ ਬੜਾ ਕਮਾਲ ਦਾ ਉਹ ਕਹਿੰਦਾ ਹੈ ਆਸਮਾਂ ਕੀ ਖਾਹਿਸ਼ ਰੱਖਣੇ ਵਾਲੇ ਜ਼ਮੀਨ ਵੀ ਹਾਦਸੇ ਜਾਤੀ ਰਹੇਗੀ ਤੂੰ ਅਸਮਾਨਾਂ ਨੂੰ ਲੱਭਦਾ ਫਿਰਦਾ ਤੇਰੇ ਤੋਂ ਕਿਤੇ ਜ਼ਮੀਨ ਹੀ ਨਾ ਤੁਰ ਜੇ ਅਲਟੀਮੇਟਲੀ ਇੱਥੇ ਵੀ ਥੋੜ੍ਹਾ ਧਿਆਨ ਦੇਣਾ ਆਲੇ ਦੁਆਲੇ ਇੱਥੇ ਧਰਤੀ ਦੇ ਉੱਤੇ ਵੀ ਵਿਚਰਨਾ ਥੋੜ੍ਹਾ ਧਰਤੀ ਦੀ ਕੀ ਹਾਲਤ ਬਣੀ ਪਈ ਹੈ ਅਤੇ ਉਹ ਮਤਲਬ ਇਸ ਤਰ੍ਹਾਂ ਜਾਣੋ ਸੋਰੀ ਫਾਰ ਦੈਟ ਆਪਾਂ ਜਦੋਂ ਨਾ ਹਿਊਮਨ ਸਾਈਕੀ ਨੂੰ ਥੋੜ੍ਹਾ ਇੰਟਰਪ੍ਰਿਟੇਸ਼ਨ ਉਹਦੀ ਦੇਖਦੇ ਹੈਗੇ ਹਾਂ ਇੱਕ ਬੰਦਾ ਅਫਰੀਕਾ ਦੇ ਕਿਸੇ ਗਰੀਬ ਪਿੰਡ 'ਚ ਰਹਿੰਦਾ ਆ ਕੋਈ ਇੰਡੀਆ ਦੇ ਗਰੀਬ ਪਿੰਡ 'ਚ ਰਹਿੰਦਾ ਆ ਅਤੇ ਉਹ ਕਹਿੰਦਾ ਮੇਰੀ ਪਿੰਡ ਨਾਲ ਕੋਈ ਲਾਗ ਡਾਟ ਨਹੀਂ ਗੀ ਆਪਾਂ ਨੇ ਕੀ ਲੈਣਾ ਇਹਦੇ ਤੋਂ ਆਪਾਂ ਤਾਂ ਛੇਤੀ ਤੋਂ ਛੇਤੀ ਸ਼ਹਿਰ ਜਾਣਾ ਲੈਟਸ ਮੂਵ ਟੂਵਰਡ ਦਾ ਸਿਟੀ ਆਪ ਮਰਦੇ ਨੇ ਮਰਦ ਤਾਂ ਹੂ ਕੇਅਰ ਠੀਕ ਹੈ ਜੋ ਸ਼ਹਿਰ ਤੁਰ ਗਿਆ ਜਿਹੜਾ ਕੋਈ ਸ਼ਹਿਰ ਕਸਬੇ 'ਚ ਰਹਿੰਦਾ ਆ ਜਾਂ ਕਿਸੇ ਚੰਗੀ ਜਗ੍ਹਾ 'ਤੇ ਉਹ ਕਹਿੰਦਾ ਇੱਥੇ ਰੁਜ਼ਗਾਰ ਨਹੀਂ ਹੈਗਾ ਨਾ ਹੋਏ ਆਪਾਂ ਨੂੰ ਕੀ ਹੈ ਇੱਥੇ ਕੋਈ ਚੀਜ਼ ਠੀਕ ਹੁੰਦੀ ਨਹੀਂ ਹੁੰਦੀ ਆਪਾਂ ਤਾਂ ਆਪਣੇ ਬੇਟੇ ਨੂੰ ਪੜ੍ਹਾ ਕੇ ਅਮੈਰੀਕਾ ਆਸਟ੍ਰੇਲੀਆ ਕੈਨੇਡਾ ਭੇਜ ਦੇਣਾ ਡਨ ਉਹ ਕਹਿੰਦਾ ਠੀਕ ਹੈ ਉੱਥੋਂ ਇੱਥੇ ਆ ਗਏ ਇੱਥੇ ਜਿਹੜਾ ਐਲੀਟ ਆ ਮਤਲਬ ਸੋਰੀ ਫਾਰ ਦੈਟ ਮੈਂ ਨਾਮ 'ਤੇ ਵਾਪਸ ਆ ਰਿਹਾ ਸ਼ਬਦ 'ਤੇ ਵਾਪਸ ਆ ਰਿਹਾ ਟੂਕ ਮਾਤਰ ਮੇਰੇ ਨਾਲ ਰਿਹਾ ਉਸ ਰੂਪ ਦੇ ਵਿੱਚ ਇੱਥੇ ਆਪਾਂ ਐਲਨ ਮਸਕ ਵਰਗੇ ਅਤੇ ਹੋਰ ਉਹ ਕਹਿੰਦੇ ਗੱਲ ਹੀ ਕੁਛ ਨਹੀਂ ਹੈ ਆਪਾਂ ਸੈਟੇਲਾਈਟ ਰੈਡੀ ਕਰ ਲਏ ਨਾ ਆਲਮੋਸਟ ਉਸ ਤਰੀਕੇ ਦੇ ਉਸ ਕਿਸਮ ਦੇ ਰੋਕਟ ਸ਼ਿਪ ਵੀ ਬਣਾ ਰਹੇ ਹਾਂ ਛੇਤੀ ਮਾਰਸ 'ਤੇ ਪਹੁੰਚ ਜਾਣਾ ਹੂ ਕੇਅਰ ਮਰਦੇ ਨੇ ਮਰਨ ਦਿਓ
ਐਸਕੇਪਿਜ਼ਮ, ਕਿੱਥੇ ਜਾਏਗਾ ਭੱਜ ਕੇ? ਥੋੜ੍ਹਾ ਪੁਰਾਣੇ ਰੂਪ ਵਿੱਚ ਦੇਖ ਲਵੋ ਤੁਸੀਂ। ਪੁਰਾਣੇ ਰੂਪ ਵਿੱਚ ਇਹ ਰਿਹਾ ਕਿ ਲਗਾਤਾਰ ਧਰਤੀ ਦੇ ਉੱਤੇ ਉਸ 'ਤੇ ਧਰਤੀ ਸਰਮਾਇਆ ਉਗਲਦੀ ਹੈ, ਫਰਟਾਈਲ ਸੋਇਲ ਹੈ ਪੰਜਾਬ ਅਤੇ ਦੇ ਆਲੇ ਦੁਆਲੇ ਮੈਦਾਨਾਂ ਦੇ ਵਿੱਚ। ਇਹ ਤੁਸੀਂ ਪੰਜਾਬ ਦੇ ਮੈਦਾਨ ਲੈ ਲਓ, ਗੰਗਾ ਜਮਨਾ ਦਰਿਆਵ ਦੇ ਇਹਦੇ ਮੈਦਾਨ ਲੈ ਲਓ, ਉਗਲਦੇ ਨੇ ਸੋਨਾ ਉੱਥੇ। ਉੱਥੇ ਅਲਟੀਮੇਟਲੀ ਹੁੰਦਾ ਕੀ ਹੈ? ਇਹ ਚੀਜ਼ ਚੇਤੇ ਰੱਖੀਏ, ਕੁਦਰਤ ਦੇ ਨਿਜ਼ਾਮ ਦਾ ਰੂਪ ਦੇਖੋ। ਫੁੱਲਾਂ ਦੇ ਵਿੱਚ ਬਾਦਸ਼ਾਹਤ ਜਿਹਦੀ ਹੈ ਉਹ ਹੈ ਗੁਲਾਬ। ਗੁਲਾਬ ਤੋਂ ਵਧੀਆ ਕੋਈ ਫੁੱਲ ਨਹੀਂ ਹੈ। ਅੱਜ ਜੋ ਮਰਜ਼ੀ ਮੋਡੀਫਿਕੇਸ਼ਨ ਕਰਕੇ ਜਿਵੇਂ ਮਰਜ਼ੀ ਕਰ ਦਿਓ, ਪਰ ਜੇ ਕਿਤੇ 15-20-50 ਫੁੱਲ ਐਵੇਂ ਖਿੜੇ ਹੋਣ ਤਾਂ ਯਕੀਨਨ ਤੌਰ 'ਤੇ ਮੰਨਿਆ ਜਾਂਦਾ ਵੀ ਜਿਹੜੀ ਕਸ਼ਿਸ਼ ਗੁਲਾਬ ਵਿੱਚ ਹੈ ਕਿਸੇ 'ਚ ਨਹੀਂ ਹੈ। ਕੁਦਰਤ ਨੇ ਬਣਾਇਆ ਕਿਵੇਂ ਉਸਨੂੰ? ਇਕੱਲੇ ਫੁੱਲ ਖੂਬਸੂਰਤ ਨਹੀਂ ਲਗਾਏ ਉਸਨੂੰ, ਐਡੇ ਐਡੇ ਲੰਮੇ ਕੰਡੇ ਵੀ ਲਾਏ ਨੇ। ਬਚੇਗਾ ਤਾਂ ਕੋਈ ਵੀ, ਸਪੋਜ਼ ਕਰੋ ਕੋਈ ਜਾਨਵਰ ਆ, ਕੋਈ ਖਾਣ ਵਾਲਾ ਕਿਸੇ ਰੂਪ ਦੇ ਵਿੱਚ, ਮਤਲਬ 100 ਵਾਰੀ ਸੋਚੇਗਾ ਮੂੰਹ ਪਾਉਣ ਤੋਂ ਪਹਿਲਾਂ ਵੀ ਕੰਡਾ ਚੁੱਭੇਗਾ। ਬੰਦਾ ਵੀ ਉਹਨੂੰ ਹੱਥ ਲਾਉਣ ਲੱਗਿਆ ਡਰੇਗਾ, ਦੇਖ ਕੰਡਾ ਨਾ ਵੱਜੇ ਕਿਤੇ। ਹਾਂ, ਇਹ ਤਰੀਕੇਕਾਰਤਾ ਹੈ। ਜੇ ਕੋਈ ਚੀਜ਼ ਹੈ, ਬਾਖੂਬ ਹੈ, ਉਹਨੂੰ ਬਚਾਉਣ ਵਾਸਤੇ ਵੀ ਕੁਛ ਨਾ ਕੁਛ ਐਫਰਟ ਪਾਉਣੀ ਪਏਗੀ। ਜੇ ਸਰਮਾਇਆ ਹੈ, ਦੌਲਤ ਹੈ, ਫਰਟਾਈਲ ਸੋਇਲ ਆ, ਸਭ ਚੀਜ਼ਾਂ ਨੇ, ਤਾਂ ਅਲਟੀਮੇਟਲੀ ਹੋਏਗਾ ਕਿ ਉਹਨੂੰ ਬਚਾਉਣ ਵਾਸਤੇ ਵੀ ਐਫਰਟ ਪਾਓ। ਪਰ ਬੰਦੇ ਦਾ ਸੁਭਾਅ ਐਸਾ, ਬੰਦੇ ਦਾ ਨੇਚਰ ਇਹ ਹੈ ਵੀ ਜਦੋਂ ਸਾਧਨ ਸੰਸਾਧਨ ਵੱਧਦੇ ਨੇ, ਬਲਾਸਤੀ ਬਣ ਜਾਂਦਾ ਉਹ ਰਿਹਾ ਉਸ ਖਿੱਤੇ ਦੇ ਵਿੱਚ। ਅਲਟੀਮੇਟਲੀ ਹਮਲਾਵਰ ਆ ਗਏ, ਉਹਨਾਂ ਨੇ ਆ ਕੇ ਲੁੱਟ ਖਸੁੱਟ ਕੀਤੀ। ਲੁੱਟ ਖਸੁੱਟ ਐਸੀ ਕੀਤੀ ਵੀ ਆਦਤ ਬਣ ਗਈ, ਪੈਟਰਨ ਡਿਵੈਲਪ ਹੋ ਗਿਆ। ਪੈਟਰਨ ਐਸਾ ਡਿਵੈਲਪ ਹੋਇਆ ਵੀ ਉਹ ਫੜਦੇ, ਗੁਲਾਮ ਬਣਾਉਂਦੇ, ਸਲੇਵਰੀ ਹੁੰਦੀ, ਸਭ ਚੀਜ਼ਾਂ ਹੁੰਦੀਆਂ। ਹੁਣ ਲੋਕਾਂ ਨੂੰ ਲੱਗਦਾ ਵੀ ਬੜੀ ਮੁਸ਼ਕਲ ਹੈ, ਇਹ ਕੀ ਕੀਤਾ ਜਾਏ, ਕੌਣ ਲੜੇ, ਕੌਣ ਝਗੜੇ, ਰੋਜ਼ ਹੀ ਕੌਣ ਝਗੜੇ। ਫਿਰ ਇਸ ਰੂਪ ਵਿੱਚ ਬਾਤ ਆਈ, ਚਲੋ ਆਪਾਂ ਨੂੰ ਕੀ ਲੱਗੇ, ਆਪਾਂ ਸਭ ਛੱਟ ਪੱਟ ਕੇ ਆਪਾਂ ਕਿਸੇ ਵੱਡੇ ਸਵਰਗ ਦੀ ਖਾਹਿਸ਼ ਦੇ ਵਿੱਚ ਕਿਤੇ ਪਹਾੜਾਂ 'ਤੇ ਤੁਰ ਗਏ, ਕਿਤੇ ਜੰਗਲਾਂ 'ਚ ਤੁਰ ਗਏ, ਸਮਾਧੀਆਂ ਲਾ ਕੇ ਬੈਠ ਗਏ। ਅਧਿਆਤਮਕਤਾ, ਧਰਮ, ਇਹ ਸਭ ਚੀਜ਼ਾਂ ਆ ਗਈਆਂ। ਹੁਣ ਉਹਨਾਂ ਲੋਕਾਂ ਨੂੰ ਕੋਈ ਕਹੇ ਸੰਸਾਰ ਵਿੱਚ ਜਾਓ, ਸੇਵਾ ਕਰੋ, ਲੋਕਾਂ ਵਾਸਤੇ ਲੜੋ, ਝਗੜੋ, ਕਹੇ ਹੂ ਕੇਅਰ। ਇੱਥੇ ਫਿਰ ਗੁਰੂ ਬਾਬਾ ਜੀ ਨੇ ਉਹਨਾਂ ਲੋਕਾਂ ਨੂੰ, ਫਿਰ ਉਹਨਾਂ ਨੇ ਇਹ ਨਹੀਂ ਕੋਈ ਬਹੁਤ ਲਿਟਰੇਸੀ ਦੇ ਲੈਵਲ 'ਤੇ ਬੜਾ ਕੁਛ ਪੈਦਾ ਕੀਤਾ। ਵੈਦਿਕ ਦਾਰਸ਼ਨਿਕਤਾ, ਫਿਲਾਸਫੀ ਪੜ੍ਹੋ ਤੁਸੀਂ ਸਾਰੇ ਦੀ ਸਾਰੀ, ਬੰਦਾ ਹੈਰਾਨ ਰਹਿ ਜਾਂਦਾ ਉਸ ਜ਼ਮਾਨੇ 'ਚ ਇੰਨਾ ਕੁਛ ਉਹਨਾਂ ਲੋਕਾਂ ਰਚ ਦਿੱਤਾ, ਲਿਖ ਦਿੱਤਾ। ਬਾਬਾ ਅਮਰਦਾਸ ਉਸ ਧਾਰਾ ਵਿੱਚੋਂ ਆਏ, ਸਨਾਤਨੀ ਧਾਰਾ ਦੀ ਐਕਸਰਸਾਈਜ਼ ਕੀਤੀ ਅਰਾਊਂਡ 70 ਸਾਲ ਦੀ ਉਮਰ ਤੱਕ। ਫਿਰ ਗੁਰਮਤਿ ਸਕੂਲ 'ਚ ਆ ਕੇ ਪੜ੍ਹੇ, ਐਸਾ ਪੜ੍ਹੇ ਕਿ ਗੁਰਮਤਿ ਸਕੂਲ ਦਾ ਰੂਪ ਹੋ ਗਏ। ਆਖਿਰਕਾਰ ਤੀਸਰੇ ਨਾਨਕ ਦੇ ਰੂਪ ਵਿੱਚ ਗੱਦੀ ਆਸੀਨ ਹੋਏ। ਰਚਨਾ ਰਚੀ ਆਨੰਦ ਸਾਹਿਬ, ਮਤਲਬ ਜ਼ਿੰਦਗੀ ਦਾ ਹਾਈਐਸਟ ਲੈਵਲ ਆਫ, ਜਿਹਨੂੰ ਅਸੀਂ ਤੁਰਿਆ ਅਵਸਥਾ ਕਹਿੰਦੇ ਹਾਂ, ਗੁਰਮੁਖ ਅਵਸਥਾ ਕਹਿੰਦੇ ਹਾਂ, ਉਸ ਪਲੈਜਰ ਨੂੰ ਮਾਨਣ ਵਾਸਤੇ। ਉਹਦੇ 'ਚ ਬਾਬਾ ਜੀ ਨੇ ਯਾਰ ਟਿੱਪਣੀਆਂ ਪੜ੍ਹੋ ਕਦੇ, ਅਸੀਂ ਕਈ ਕਿੰਨੀ ਵਾਰੀ ਇਹ ਪੰਕਤੀਆਂ ਪੜ੍ਹੀਆਂ। ਬਾਬਾ ਜੀ ਕਹਿੰਦੇ ਭਲਿਓ ਪੜ੍ਹ ਤਿਆ ਰਹੇ ਹੋ, ਪਰ ਕਮਾਲ ਆ ਪੜ੍ਹਦੇ ਹੋਏ ਵੀ ਇਨਲਾਈਟਮੈਂਟ ਨਹੀਂ ਹੋ ਰਹੀ, ਇਹ ਕੀ ਕਾਰਨ ਹੈ? ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾਹੀ, ਉਹ ਤੈਨੂੰ ਸੁਣ ਵੀ ਨਹੀਂ ਰਿਹਾ, ਫਿਰੇ ਜੋ ਬੇਤਾਲਿਆ, ਤਾਲ ਤੋਂ ਉਖੜਿਆ ਹੋਇਆ, ਜਿਹਦਾ ਤਾਲਮੇਲ ਨਹੀਂ ਬੈਠ ਰਿਹਾ, ਇਮਬੈਲੈਂਸ ਹੋ ਗਿਆ, ਬੈਲੈਂਸ ਹੀ ਨਹੀਂ ਹੈ। ਸੋ ਨਾਮ ਇੱਕ ਐਸੀ ਸ਼ਕਤੀ, ਨਾਮ ਇੱਕ ਐਸੀ ਸਿੱਖਿਆ, ਨਾਮ ਇੱਕ ਐਸੀ ਜਾਚ ਜਿਹੜੀ ਤੁਹਾਨੂੰ ਤਾਲ ਵਿੱਚ ਲੈ ਕੇ ਆਵੇ, ਜਿਹੜਾ ਇਮਬੈਲੈਂਸ ਲਾਈਫ ਹੈ ਉਹਨੂੰ ਬੈਲੈਂਸ ਕਰੇ। ਜੀਵਨ ਯਾਪਣ ਦੇ ਵਿੱਚ ਤੁਹਾਨੂੰ ਸਹੀ ਰੂਪ ਦੇ ਵਿੱਚ ਧਰਤੀ 'ਤੇ ਵਿਚਰਨਾ, ਜੀਣਾ, ਜੋ ਤੁਹਾਡਾ ਬਣਦਾ ਅਸਲ ਵਿੱਚ ਐਪਰੋਪ੍ਰੀਏਟ ਬਿਹੇਵੀਅਰ ਆ,
ਉਹਨੂੰ ਡੈਮੋਸਟ੍ਰੇਟ ਕਰਨ ਵਾਸਤੇ ਤੁਹਾਨੂੰ ਤਿਆਰ ਕਰੇ, ਫਿਰ ਦੇਖਣਾ ਇਸ ਚੀਜ਼ ਨੂੰ। ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਮਝ ਆ ਜਾਂਦੀਆਂ ਨੇ ਜਦੋਂ ਅਸੀਂ ਈਵਨ ਮਾਡਰਨ ਪਰਸਪੈਕਟਿਵ ਵਿੱਚ ਹੀ ਦੇਖਦੇ ਹਾਂ। ਨਾਮ ਦਾ ਮਾਇਨਾ ਦੋ ਚੀਜ਼ਾਂ ਦੀ ਮਨੁੱਖ ਨੂੰ ਸਭ ਤੋਂ ਵੱਡੀ ਮੁਸ਼ਕਲ ਹੈ। ਜਦੋਂ ਮੈਂ ਜਿੰਨਾ ਮੈਂ ਵਿੱਚ ਜੀਆਂਗਾ, ਇਟਸ ਮੀ, ਇਟਸ ਮੈਂ ਮੈਂ ਮੈਂ, ਉਹਨਾਂ ਦੁਖੀ ਹੋਵਾਂਗਾ। ਮੈਂ ਮੇਰੀ ਐਕਚੁਅਲੀ ਜਿਹੜੀ ਆਈਡੈਂਟੀ ਇਹ ਨਹੀਂ ਹੈ, ਮੇਰੀ ਆਈਡੈਂਟੀ ਇਹ ਹੈਗਾ ਕਿ ਮੈਂ ਆਲੇ ਦੁਆਲੇ ਤੋਂ ਟੁੱਟ ਕੇ ਕੁਛ ਵੀ ਨਹੀਂ। ਨਾਮ ਸਾਨੂੰ ਸਾਰਿਆਂ ਨਾਲ ਜੁੜਨ ਦੀ, ਸਾਰਿਆਂ ਨਾਲ ਸਾਂਝ ਪਾਉਣ ਦੀ ਇੱਕ ਜਾਚ ਸਿਖਾਉਂਦਾ ਹੈ। ਸੋ ਮੈਂ ਇਹ ਜਦੋਂ ਮੈਂ ਬਣਨ ਦੀ ਕੋਸ਼ਿਸ਼ ਕਰਾਂਗਾ, ਮੈਂ ਵਿੱਚ ਰਹਾਂਗਾ, ਅਤੇ ਫਿਰ ਮੈਨੂੰ ਪਕੜੇਗੀ ਪਤਾ ਕਿਹੜੀ ਚੀਜ਼, ਮੇਰਾ ਆ ਮੇਰਾ ਆ ਮੇਰਾ ਆ ਮੇਰਾ, ਬਸ ਮੇਰਾ ਨੁਕਸਾਨ ਨਹੀਂ ਹੋਣਾ ਚਾਹੀਦਾ, ਜਿੱਦਾਂ ਮਰਜ਼ੀ ਹੋ ਜਾਵੇ। ਮੈਂ ਮੇਰੀ ਅਸਲ ਵਿੱਚ ਮੁਸੀਬਤ ਆ, ਅਤੇ ਉਸ ਮੁਸੀਬਤ 'ਚ ਪਾਉਣ ਵਾਲਾ ਮੇਰਾ ਉਹ ਬੰਧਨ ਹੈ ਜਿਹੜਾ ਮੈਨੂੰ ਬੰਨ ਰਿਹਾ ਇਹਦੇ ਵਿੱਚ। ਇਹਨਾਂ ਦੋਨਾਂ ਤੋਂ ਉੱਪਰ ਉੱਠ ਥੋੜ੍ਹਾ ਜਿਹਾ। ਜਿਹਨੂੰ ਤੂੰ ਮੈਂ ਸਮਝ ਰਿਹਾ ਹਾਂ ਉਹ ਮੈਂ ਹੈ ਹੀ ਨਹੀਂ ਗੀ। ਗੁਰੂ ਬਾਬਾ ਜੀ ਕਹਿੰਦੇ ਧਿਆਨ ਨਾਲ ਦੇਖ, ਆਲੇ ਦੁਆਲੇ ਤੋਂ ਟੁੱਟ ਕੇ, ਆਲੇ ਦੁਆਲੇ ਨੂੰ ਨੁਕਸਾਨ ਪਹੁੰਚਾ ਕੇ, ਆਲੇ ਦੁਆਲੇ ਤੋਂ ਬਿਲਕੁਲ ਅੱਖਾਂ ਬੰਦ ਕਰਕੇ, ਤੇਰਾ ਕੁਛ ਵੀ ਨਹੀਂ ਬਚਣਾ। ਨਾਮ ਦਾ ਮਤਲਬ ਬਣਦਾ ਨਾ ਮੈਂ ਆਪਣੇ ਤੋਂ ਉੱਪਰ ਉੱਠ ਜਾਣਾ। ਸ਼ਬਦ ਕੁਛ ਇਸ ਤਰ੍ਹਾਂ ਅਰਥ ਕਰਦੇ ਨੇ, ਮੈਂ ਦੇ ਤਸੱਵਰ ਨੂੰ ਘਟਾਉਣਾ। ਬਾਬਾ ਕਬੀਰ ਜੀ ਦੇ ਬਚਨ ਨੇ, ਕਬੀਰ ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਹੁਣ ਹਉਂ ਹੈ ਹੀ ਨਹੀਂ, ਹਉਂ ਕਿੱਥੋਂ ਲੱਭਾਂ, ਮੈਨੂੰ ਤੇ ਆਪਣਾ ਤੁਹਾਡਾ ਤੂੰ ਤੀਸਰੇ ਦਾ ਚੌਥੇ ਦਾ ਇੱਕੋ ਹੀ ਰੂਪ ਨਜ਼ਰ ਪੈਂਦਾ। ਮੈਨੂੰ ਉਹਦਾ ਦੁੱਖ ਮੇਰਾ ਲੱਗਦਾ ਆ, ਮੇਰਾ ਦੁੱਖ ਕੁਛ ਵੀ ਨਹੀਂ ਦਿਸਦਾ, ਕਿਉਂਕਿ ਦੂਜੇ ਦੇ ਮੁਕਾਬਲੇ ਮੈਂ ਸੋਚਦਾ ਮੈਂ ਤੇ ਉਸ ਲੈਵਲ 'ਤੇ ਹੈ ਹੀ ਨਹੀਂ ਅਜੇ। ਇੱਕ ਸਾਂਝੀ ਵਾਲਤਾ ਦਾ ਸੰਕਲਪ ਆ, ਇਹ ਨਾਮ ਦਾ ਸੰਕਲਪ ਆ। ਇਮਬੈਲੈਂਸ ਲਾਈਫ ਨੂੰ ਬੈਲੈਂਸ ਕਰਨਾ। ਧਰਤੀ ਦੇ ਉੱਤੇ ਸਾਡੀਆਂ ਬਹੁਤੀਆਂ ਜਿਹੜੇ ਰੋਣ ਕੁਰਲਾਹਟ ਵੇਦਨ ਪੀੜਾ ਆ, ਕਿਉਂਕਿ ਬਹੁਤਾ ਮੈਂ ਵਿੱਚ ਜੀਨਾ ਵਾਂ, ਬਸ ਮੇਰਾ ਹੀ ਰਾਹ, ਮੇਰਾ ਆ ਨੁਕਸਾਨ, ਮੇਰਾ ਆ ਨਫਾ, ਮੇਰਾ ਇਹਦੇ 'ਚ ਹੀ ਰਹਿਣ ਕਰਕੇ ਬੰਦੇ ਦੀ ਸਾਰੀ ਸੁਰਤ ਜਿਹੜੀ ਹੈ ਉਹ ਇਸ ਤਰ੍ਹਾਂ ਕਹਿ ਲਓ ਕਿ ਪੋਲਿਊਟ ਹੋ ਗਈ ਹੈ। ਉਹਨੂੰ ਅਹਿਸਾਸ ਹੀ ਨਹੀਂ ਗਾ ਕਿ ਅਲਟੀਮੇਟਲੀ ਜਿਸ ਚੀਜ਼ ਲਈ ਮੈਂ ਰੋ ਰਿਹਾ ਉਹਦਾ ਤਾਂ ਰੋਣਾ ਬਣਦਾ ਹੀ ਨਹੀਂ ਗਾ। ਜਿਸ ਚੀਜ਼ ਲਈ ਮੈਂ ਕਲਪਦਾ, ਬਾਬਾ ਜੀ ਬਿਆਨ ਕਰਦੇ ਨਾ ਵੀ ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ। ਅਣਹੋਣਾ ਤਾਂ ਕੁਛ ਹੈ ਹੀ ਨਹੀਂ, ਅਣਹੋਣਾ ਇਸ ਕਰਕੇ ਨਹੀਂ ਕਿ ਤੈਨੂੰ ਸਮਝ ਨਹੀਂ ਆ ਰਹੀ ਵੀ ਜੋ ਸਿਚੁਏਸ਼ਨ ਤੇਰੇ ਸਾਹਮਣੇ ਹੋ ਰਹੀ ਹੈ ਉਹ ਤੈਨੂੰ ਵਿਖਾ ਰਹੀ ਹੈ ਪਿਆ ਚੀਜ਼ ਬਣੇਗੀ, ਤੂੰ ਕਲਪਨਾ ਕੁਛ ਹੋਰ ਕਰ ਰਿਹਾ। ਮਤਲਬ ਬੀਤੀ ਸ਼ਾਮ ਵੀ ਆਪਾਂ ਬਾਤ ਕਰ ਰਹੇ ਸੀਗੇ, ਜਿਹੜੀ ਐਕਚੁਐਲਿਟੀ ਹੈਗੀ ਹੈ ਰਜ਼ਾ ਦਾ ਸੰਕਲਪ ਇੱਥੋਂ ਤੁਰਦਾ ਆ। ਬੰਦਾ ਯਾਦ ਤਾਂ ਗੱਲਾਂ ਕਰਦਾ ਪੋਸੀਬਿਲਿਟੀਜ਼ ਦੀਆਂ, ਇਹਦੇ 'ਤੇ ਆਹ ਹੋ ਸਕਦਾ, ਆਹ ਹੋ ਸਕਦਾ, ਆਹ ਹੋ ਸਕਦਾ, ਜਾਂ ਫਿਰ ਕੁਝ ਪਰਸੈਪਸ਼ਨਸ। ਇਹਨਾਂ ਦੋਨਾਂ ਦੇ ਵਿੱਚੋਂ ਬਾਹਰ ਹੀ ਨਹੀਂ ਆਉਂਦਾ। ਨਾ ਤਾਂ ਇਕੱਲੀ ਪਰਸੈਪਸ਼ਨ ਹੋਣੀ ਹੈ, ਨਾ ਜਿਹੜੀ ਇਕੱਲੀ ਬੰਦਾ ਕਹਿ ਰਿਹਾ ਕਿ ਇਹ ਪ੍ਰੋਬੇਬਲੀ ਇਹ ਹੋ ਜਾਏ, ਪੋਸੀਬਿਲਿਟੀ ਇਸ ਗੱਲ ਦੀ ਹੈ। ਬਾਬਾ ਜੀ ਕਹਿੰਦੇ ਰਿਐਲਿਟੀ ਨੂੰ ਕਿਉਂ ਨਹੀਂ, ਸੱਚ ਨੂੰ ਕਿਉਂ ਨਹੀਂ ਪਰਸੀਵ ਕਰਦਾ, ਸਚਿਆਰ ਬਣਨਾ ਤੂੰ। ਪਰ ਉਹ ਤਾਂ ਪਰਸੀਵ ਕਰੇ ਜੇ ਐਕਚੁਐਲਿਟੀ ਜਿਹੜੀ ਹੈ, ਜਿਹੜੀ ਅਸਲੀਅਤ ਆ ਉਹਨੂੰ ਦੇਖੇ। ਹੁਣ ਦੇਖਣ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਬਾਤ ਆ, ਜੀਵਨ ਆ, ਇਹਦਾ ਉਸਰਨਾ ਵੀ ਹੈ, ਇਹਦਾ ਬਿਮਾਰ ਹੋਣਾ ਵੀ ਹੈ, ਇਹਦਾ ਟੁੱਟਣਾ ਭੱਜਣਾ ਵੀ ਹੈ, ਅਤੇ ਅਲਟੀਮੇਟਲੀ ਜਾਣਾ ਵੀ ਹੈ।
ਰਜ਼ਾ ਨੂੰ ਮਨ ਨਾਮ ਹੀ ਸਿਖਾਉਂਦਾ ਆ। ਕਿਸ ਮੈਂ ਦੀ ਗੱਲ ਕਰਦਾ, ਮੈਂ ਦੀ ਹੋਂਦ ਹੈ ਹੀ ਨਹੀਂ। ਮੈਂ ਤੁਸੀਂ ਵਕਤੀ ਤੌਰ 'ਤੇ ਆਏ ਹਾਂ, ਕੁਝ ਰੋਲ ਪਲੇਅ ਕਰਨਾ, ਫਿਰ ਅਲਟੀਮੇਟਲੀ ਵਿਦਾ ਹੋ ਜਾਣਾ। ਆਹ ਸਿੱਖਿਆ ਲੈ ਕੇ ਬੰਦਾ ਧਰਤੀ 'ਤੇ ਵਿਚਰੇ, ਪਕੜ ਘਟੇਗੀ, ਮੇਰ ਘਟੇਗੀ। ਜਦੋਂ ਮੇਰ ਘਟੇਗੀ, ਜ਼ਿਆਦਾ ਯੂਨੀਵਰਸਲ ਸਾਈਡ ਤੋਂ ਸੋਚਾਂਗੇ, ਆਲੇ ਦੁਆਲੇ ਦਾ ਸੁਧਾਰ ਹੋਏਗਾ, ਸਵਰਗ ਦੀਆਂ ਖਾਹਿਸ਼ਾਂ ਕੱਟਣਗੀਆਂ, ਭਾਂਜਵਾਦੀ ਘੱਟ ਹੋਵਾਂਗੇ। ਦੌੜ ਕੇ ਕਿੱਥੇ ਜਾਣਾ? ਕਿਸ ਸ਼ਹਿਰ ਦੀ ਗੱਲ ਕਰਦੇ ਹੋ? ਕਿਸ ਦੂਜੇ ਮੁਲਕ ਦੀ ਗੱਲ ਕਰਦੇ ਹੋ? ਕਿਸ ਮਾਰਸ 'ਤੇ ਜਾ ਕੇ ਵਸਣ ਦੀ ਗੱਲ ਕਰਦੇ ਹੋ? ਬੰਦਾ ਤਾਂ ਇਹੀ ਹੈ। ਜੇ ਇਸ ਸਾਰੇ ਦਾ ਮਤਲਬ ਇਹ ਹਾਲਤ ਕੀਤੀ ਹੈ, ਸਪੋਜ਼ ਕਰੋ ਜੇ ਕੱਲ੍ਹ ਨੂੰ ਇਹੋ ਜਿਹਾ ਕੋਈ ਜਿਹੋ ਜਿਹਾ ਸਾਡਾ ਗਲੋਬ ਇਹੋ ਜਿਹਾ ਕੁਛ ਲੱਭ ਵੀ ਜਾ, ਸਪੋਜ਼ ਇਹੀ ਪ੍ਰੈਜੈਂਟ 'ਤੇ ਪ੍ਰੈਜੈਂਟੇਸ਼ਨ 'ਤੇ ਇਹਦੀ ਹੈ ਨਾ। ਆਪਾਂ ਜਿਹੜਾ ਸਿਨੇਮਾ ਵਰਲਡ ਦੇਖੀਏ, ਅਵਤਾਰ ਮੂਵੀ ਤੋਂ ਲੈ ਕੇ ਤੁਸੀਂ ਸ਼ੁਰੂ ਕਰ ਲਓ ਪੂਰੀ ਸੀਰੀਜ਼ ਜਿਹੜੀ ਹੈ, ਇਹ ਡ੍ਰੀਮ ਕੀਤਾ ਜਾ ਰਿਹਾ ਇੱਕ ਤਰੀਕੇ ਦੀ, ਇੱਕ ਪਰਸੈਪਸ਼ਨ ਬਣਾਈ ਜਾ ਰਹੀ ਵੀ ਇੱਕ ਦਿਨ ਆਪਾਂ ਲੱਭ ਲੈਣਾ ਕੁਛ, ਆਪਾਂ ਪਹੁੰਚ ਜਾਣਾ ਉੱਥੇ, ਆਪਾਂ ਸਾਰਾ ਅਪਲੋਡ ਹੀ ਨਹੀਂ, ਸਮੁੰਦਰ ਗੰਦੇ ਹੁੰਦੇ ਨੇ, ਹੋਈ ਜਾਣ ਦੇ, ਹੂ ਕੇਅਰ, ਆਪਾਂ ਛੱਡ ਹੀ ਜਾਣੇ ਨੇ, ਆਪਾਂ ਕਿਹੜਾ ਇੱਥੇ ਉਸ ਰੂਪ ਦੇ ਵਿੱਚ। ਹਾਲਾਂਕਿ ਬਾਬਾ ਜੀ ਕਹਿੰਦੇ ਭਲਿਓ ਜਾਣਾ ਕਿੱਥੇ ਹੈ, ਇੱਥੇ ਹੀ ਰਹਿਣਾ। ਕੱਤ ਜਾਈਏ ਰੇ, ਕਿੱਥੇ ਭੱਜ ਕੇ ਜਾਓਗੇ, ਘਰ ਲਾਗੋ ਰੰਗੇ, ਇੱਥੇ ਹੀ ਰੰਗ ਲੱਗਣਾ, ਇੱਥੇ ਹੀ ਅਸਾਂ ਹੀ ਸਿੱਜਣਾ। ਬੰਦੇ ਨੇ ਕਿਹਾ ਆਪਾਂ ਬੀਜ ਬੀਜ ਦਿੱਤੇ, ਬੀਜ ਬੀਜੇਗੇ ਗਲਤ, ਹੂ ਕੇਅਰ, ਆਪਾਂ ਕਿਹੜਾ ਵੱਢਣੇ ਨੇ। ਬਾਬਾ ਫਰੀਦ ਜੀ ਕਹਿੰਦੇ ਓਹੋ, ਇੰਨਾ ਨਹੀਂ ਤੈਨੂੰ ਸਮਝ ਲੈ ਗਈ, ਭਲਿਆ ਕੈਸਾ ਕਿਸਾਨ ਹੈ ਤੂੰ ਫਰੀਦਾ, ਲੋੜੈ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ। ਓਏ ਬਿਜੋਰ ਦੇਸ਼ ਦੀਆਂ ਦਾਖਾਂ ਲੱਭਣ ਵਾਲਿਆ, ਕਿੱਕਰ ਬੀਜ ਕੇ ਦਾਖਾਂ ਨਾ ਲੱਭਣਗੀਆਂ, ਸਾਰੀ ਖੇ ਖਬੜੀ ਕਰਕੇ ਖਰਾਬ ਕਰਕੇ ਕਹੇ ਵੀ ਮੇਰੀ ਝੋਲੀ 'ਚ ਸੁੱਖ ਪੈ ਜਾਏਗਾ, ਕਿਵੇਂ ਪੈ ਜਾਏਗਾ, ਆਪਣਾ ਬੀਜਾ ਆਪ ਹੀ ਵੱਢਣ। ਨਾਮ ਇੱਥੋਂ ਬਾਤ ਸ਼ੁਰੂ ਹੁੰਦੀ ਹੈ, ਸੈਲਫ ਰਿਲਾਈਜੇਸ਼ਨ ਤੋਂ ਲੈ ਕੇ ਰਿਐਲਿਟੀ ਨੂੰ ਪਰਸੀਵ ਕਰਨਾ ਅਤੇ ਅਲਟੀਮੇਟ ਰਿਐਲਿਟੀ ਤੱਕ ਲੈ ਕੇ ਜਾਣਾ। ਮੈਂ ਫਿਰ ਦੁਹਰਾ ਕੇ ਕਹਿ ਦਿੰਦਾ, ਅਦਨਾ ਜਾਂ ਮਨੁੱਖ ਹਾਂ, ਜਿੰਨੀ ਕੁ ਸਮਝ ਲੱਗੀ ਉਹਦੇ ਅਕੋਰਡਿੰਗਲੀ ਬਾਤ ਕਰਦਾ, ਅਦਰਵਾਈਜ਼ ਇੱਕ ਇਸ ਕਿਸਮ ਦੀ ਲਿਫਾਫੇਬਾਜ਼ੀ ਵੀ ਮੈਂ ਦੇਖ ਰਿਹਾ ਕਿ ਸਾਹਮਣੇ ਬਾਬਾ ਜੀ ਕੁਛ ਕਹਿ ਰਹੇ ਨੇ ਅਤੇ ਉਹ ਵਾਜਬ ਗੱਲ 'ਤੇ ਆਉਣ ਵਾਲੀ ਗੱਲ ਹੀ ਨਹੀਂ ਬਣਦੀ। ਉਹ ਦੱਸ ਰਹੇ ਨੇ ਵੀ ਆਹ ਹੈ, ਫਿਰ ਬੇਨਤੀ ਕਰ ਦਿੰਦਾ, ਜਿਹੜੀ ਰਿਐਲਿਟੀ ਹੈ, ਐਕਚੁਐਲਿਟੀ ਹੈ, ਇਸ ਨੂੰ ਪਰਸੀਵ ਕਰਨਾ, ਉਹਦੇ ਵਿੱਚ ਉਹਦੇ ਨਾਲ ਆਤਮ ਸਾਥ ਹੋਣਾ ਅਤੇ ਅਲਟੀਮੇਟ ਰਿਐਲਿਟੀ ਤੱਕ ਪਹੁੰਚਣਾ। ਨਾਮ ਸਾਨੂੰ ਉਹ ਤਸੱਵਰ, ਉਹ ਗਿਆਨ, ਉਹ ਸ਼ਬਦ, ਉਹ ਲਫਜ਼, ਉਹ ਅਲਫਾਜ਼, ਉਹ ਹਰਫ, ਉਹ ਸਿੱਖਿਆ ਜਿਹੜੀ ਸਾਨੂੰ ਇਸ ਰੂਪ ਵਿੱਚ ਮਦਦ ਕਰੇ, ਇਹਨੂੰ ਨਾਮ ਕਿਹਾ ਗਿਆ ਹੈ। ਗੁਰੂ ਬਾਬਾ ਜੀ ਦਾ ਜਪਜੀ ਸਾਹਿਬ ਪੜ੍ਹੀਏ, ਇਸ ਤੋਂ ਬੈਸਟ ਦਸਤਾਵੇਜ਼ ਕੁਝ ਨਹੀਂ ਹੈ ਅਧਿਆਤਮ ਤੌਰ 'ਤੇ ਆਪਣੇ ਆਪ ਨੂੰ ਲੀਡ ਕਰਵਾਉਣ ਵਾਸਤੇ। ਗੁਰੂ ਬਾਬਾ ਜੀ ਨੇ ਉਹਦੇ 'ਚ ਜਿਹੜੀ ਮਹਿਮਾ ਦੱਸੀ ਨਾਮ ਦੀ, ਸ਼ੁਰੂਆਤ ਤੋਂ ਲੈ ਕੇ ਗੱਲਾਂ ਚੱਲ ਰਹੀਆਂ ਨਾਲ ਨਾਲ, ਪਰ ਕਿਉਂਕਿ ਉਹ ਪੋਇਟਿਕ ਸਟਰਕਚਰ 'ਚ ਆ, ਜਦੋਂ ਆਪਾਂ ਅਸੰਖ ਦੀ ਪੌੜੀ 'ਚ ਆ ਜਾਂਦੇ ਹਾਂ ਤਾਂ ਗੁਰੂ ਬਾਬਾ ਜੀ ਕਹਿੰਦੇ ਇੱਥੋਂ ਬਾਅਦ ਤੈਨੂੰ ਪਕੜ 'ਚ ਆਵੇਗੀ। ਹੁਣ ਜਿੱਥੋਂ ਕਿਹਾ ਅਸੰਖ ਨਾਮ, ਅਸੰਖ ਥਾਂ, ਅਗਮ ਅਗਮ ਅਸੰਖ ਲੋਕ, ਕੋਈ ਉਹਦੇ ਨਾਵਾਂ ਦੀ ਕੋਈ ਕਮੀ ਖਾਮੀ ਨਹੀਂ ਹੈ, ਬਹੁਤ ਹੈ। ਮਤਲਬ ਅਜੀਬ ਹਾਲਤ ਆ। ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹੀਏ, ਕਹਿੰਦੇ ਕਿ ਮੈਂ ਦੇਖਿਆ ਭਾਈ ਗੁਰਦਾਸ ਜੀ ਕਹਿੰਦੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੁਲਾਣੇ।
ਸੱਚ ਕਿਤੇ ਦੂਰ ਚਲਾ ਗਿਆ ਤੇ ਬਾਹਮਣ ਤੇ ਮੁਲਾਣੇ ਰਾਮ ਰਹੀਮ ਸਦਾਏ ਦੇ। ਇੱਕ ਕਹਿੰਦਾ ਰਾਮ ਹੀ ਰੱਬ ਹੈ, ਦੂਜਾ ਕਹਿੰਦਾ ਇਹ ਗਲਤ ਕਹਿ ਰਿਹਾ, ਰਹੀਮ ਹੀ ਰੱਬ ਹੈ। ਕਹਿੰਦੇ ਇਹ ਮਤਲਬ ਦੇਖੋ, ਕਹਿੰਦੇ ਅਸੀਂ ਬਹੁਤ ਵਿਕਾਸ ਕਰ ਲਿਆ, ਬੜੇ ਅੱਗੇ ਲੰਘ ਗਏ ਆ, ਸਾਡੇ ਤੋਂ ਉੱਥੇ ਕਿਹਾ ਜਾ ਰਿਹਾ ਹੁਣ ਤਾਂ ਸਾਡਾ ਖਿੱਤਾ ਤਾਂ ਗਲੋਬਲ ਗੁਰੂ ਬਣ ਜਾਣਾ, ਗਲੋਬਲ ਗੁਰੂ ਦਾ ਕੋਨਸੈਪਟ ਦਿੱਤਾ ਜਾ ਰਿਹਾ। ਗਲੋਬਲ ਗੁਰੂ ਦੀ ਹਾਲਤ ਦੇਖੋ ਕੀ ਬਣ ਚੱਲੀ ਹੈ, ਕੀ ਕਿਹਾ ਮਤਲਬ ਆਹੀ ਨਾਮ ਜਿਹੜਾ ਆ, ਬਸ ਇਹੀ ਨਾਮ ਰੱਬ ਦਾ ਨਾਮ ਆ। ਹੋਏ ਹੋਏ, ਇਸ ਤੋਂ ਵੱਡੀ ਇਲੀਟਰੇਸ਼ਨ ਨਹੀਂ ਹੋ ਸਕਦੀ ਇਸ ਦੁਨੀਆਂ ਦੇ ਇਸ ਦੌਰ ਦੇ ਵਿੱਚ। ਭਲਿਆ ਅਸੰਖ ਨਾਮ, ਤੂੰ ਇੱਕ ਦੋ ਤੇ ਝਗੜ ਰਿਹਾ, ਜਦੋਂ ਦੀ ਸਿਵਿਲਾਈਜੇਸ਼ਨ ਬਣੀ ਹੈ ਸਾਰੇ ਦੇਖ ਤੇਰੇ ਕੋਲ ਤੇ ਨਾਮ ਹੀ ਨਹੀਂ ਗਿਣੇ ਜਾਣੇ, ਕਿੰਨੇ ਕੁ ਨਾਮ ਹੋਣਗੇ ਉਸ ਹਸਤੀ ਦੇ ਜਿਹਨੂੰ ਐਕਚੁਅਲ ਲੈਵਲ 'ਤੇ ਐਗਜ਼ਿਸਟੈਂਸ ਕਿਹਾ ਜਾਂਦਾ, ਜਿਹਦੀ ਹੋਂਦ ਆ, ਜਿਹੜਾ ਰੀਅਲ ਆ। ਫਿਰ ਬਾਬਾ ਜੀ ਇੰਨੇ ਨਾਮ ਨੇ, ਕਿਸ ਨਾਮ ਨੂੰ ਜਪਾਂ, ਕਿਸ ਨਾਮ ਨੂੰ ਅਰਾਧਾਂ, ਕਿਸ ਨਾਮ ਨਾਲ ਜੁੜਾਂ, ਕਿਸ ਨਾਮ ਨਾਲ ਮੇਰੀ ਸਾਂਝ ਬਣੇ। ਗੁਰੂ ਬਾਬਾ ਜੀ ਕਹਿੰਦੇ ਮਨੁੱਖ ਆ, ਮਨੁੱਖ ਦੀ ਤਰ੍ਹਾਂ ਸੋਚ, ਇਹ ਥੋੜ੍ਹਾ ਆ ਕਿ ਤੈਨੂੰ ਕੁਦਰਤ ਨੇ ਤਸੱਵਰ ਦਿੱਤਾ ਆ, ਤੈਨੂੰ ਸੋਝੀ ਦਿੱਤੀ ਹੈ, ਫਿਰ ਮੈਂ ਕਿਵੇਂ ਜੁੜ ਸਕਦਾ। ਅੱਗੇ ਜਾ ਕੇ ਪੜ੍ਹੋ, ਬਾਬਾ ਜੀ ਕਹਿੰਦੇ ਆ ਨਹੀਂ ਕਰ ਸਕਦਾ ਤੂੰ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰ ਬਚਨ ਲਫਜ਼ ਹਰਫ ਉਹ ਕੁਰੇਦ ਜਿਹੜੇ ਤੇਰੀ ਮੈਂ ਨੂੰ ਘਟਾ ਕੇ ਤੇਰੇ ਅੰਦਰ ਤੂੰ ਦਾ ਯੂਨੀਵਰਸਲ ਤਸੱਵਰ ਲੈ ਕੇ ਆਉਣ। ਅੱਖਰੀ ਨਾਮ, ਅੱਖਰੀ ਸਾਲਾ, ਸਾਲਾ ਸਿਫਤ ਸਾਲਾ। ਆਪਾਂ ਅੱਜ ਦੀ ਦੁਨੀਆ ਦੀ ਬਾਤ ਕਰੀਏ, ਐਡਵਰਟਾਈਜ਼ਮੈਂਟ ਦੀ ਦੁਨੀਆ 'ਚ ਰਹਿੰਦੇ ਹਾਂ। ਮੈਂ ਕਈ ਵਾਰੀ ਬੇਨਤੀ ਕਰਦਾ, ਕਿਸਾਨੀ ਪਿਛੋਕੜ 'ਚੋਂ ਆਏ ਅਸੀਂ ਲੋਕ ਹਾਂ ਅਤੇ ਸਾਡੇ ਅੰਦਰ ਉਸ ਕਿਸਮ ਦੀ ਫਾਈਬਰ ਹੀ ਬਿਲਟ ਹੋਇਆ ਆ, ਅਤੇ ਮੈਨੂੰ ਯਾਦ ਆ ਵੀ ਕੋਈ ਆਵੇ ਅਤੇ ਆ ਕੇ ਕਹੇ ਵੀ ਇੱਕ ਨਵਾਂ ਬੀਜ ਆ ਗਿਆ ਮਾਰਕੀਟ 'ਚ ਕਣਕ ਦਾ, ਝੋਨੇ ਦਾ, ਅਤੇ ਵੀ ਆ ਤੁਸੀਂ ਆ ਇੱਕ ਏਕੜ ਦੇ ਵਿੱਚੋਂ ਆ 50 ਬੋਰੀਆਂ ਨਿਕਲਣਗੀਆਂ, 50 ਕੁਇੰਟਲ, ਇੰਨੇ ਕੁਇੰਟਲ ਜਿਹੜੀ ਹੈ ਕਣਕ ਨਿਕਲੇਗੀ। ਬੰਦਾ ਕਿਸਾਨ ਕਹੇਗਾ ਅੱਛਾ, ਅੱਜ ਤੱਕ ਦਾ ਬੀਜ ਤਾਂ ਕੋਈ ਵੀ ਨਹੀਂ ਜਿਹੜਾ 15-20 ਕੁਇੰਟਲ ਤੋਂ ਵੱਧ ਨਿਕਲੇ, 50 ਕੁਇੰਟਲ ਪੱਕੀ ਹੋ, ਬਸ ਇਹ ਬੀਜ ਮੈਨੂੰ ਦੇ ਦੇ, ਬੜਾ ਮਹਿੰਗਾ। ਕਹਿੰਦਾ ਕੋਈ ਗੱਲ ਨਹੀਂ, ਐਡਵਰਟਾਈਜ਼ਮੈਂਟ। ਜਿਵੇਂ ਸਪੋਜ਼ ਕੈਨੇਡਾ 'ਚ ਰਹਿੰਦੇ ਹਾਂ, ਗੈਸ ਪ੍ਰਾਈਜ਼ ਬੜੀ ਮਹਿੰਗੀ ਹੋ ਰਹੀ ਹੈ ਡੇ ਬਾਈ ਡੇ, ਐਡ ਆਵੇ ਟੀ ਵੀ 'ਤੇ ਚੱਲੇ, ਕਿਤੇ ਅਸੀਂ ਆਲੇ ਦੁਆਲੇ ਕਿਤੇ ਬਿੱਲ ਬੋਰਡ 'ਤੇ ਪੜ੍ਹੀਏ, 1 ਲੀਟਰ 100 ਕਿਲੋਮੀਟਰ, ਕੰਨ ਖੜ੍ਹੇ ਹੋਣਗੇ ਰਾਈਟ ਹੋਏ, ਪੱਕੀ ਗੱਲ ਹੈ 1 ਲੀਟਰ 'ਚ 100 ਕਿਲੋਮੀਟਰ ਆ ਗੱਡੀ ਲੈਣੀ ਬਈ, ਇਹ ਤਾਂ ਬੜਾ, ਕਿਉਂਕਿ ਐਡਵਰਟਾਈਜ਼ਮੈਂਟ ਦਾ ਕੰਮ ਹੀ ਇਹ ਹੁੰਦਾ, ਲੋਕਾਂ ਨੂੰ ਗਾਹਕ ਬਣਾਉਣਾ। ਉਹ ਕਿਸੇ ਚੀਜ਼ ਨੂੰ ਸਲਾਉਂਦੇ ਨੇ, ਉਹ ਦੱਸਦੇ ਨੇ, ਉਹਦੀ ਗਲੋਰੀ ਪ੍ਰਜੈਂਟ ਕਰਦੇ ਨੇ, ਆਹ ਉਹਦੀ ਗਲੋਰੀ ਹੈ, ਆਹ ਖਾਸੀਅਤ ਆ, ਮਨੁੱਖੀ ਮਨ ਦਾ ਗਾਹਕ ਬਣ ਜਾਂਦਾ। ਗੁਰੂ ਬਾਬਾ ਜੀ ਨੇ ਸੈਂਕੜੇ ਵਰੇ ਆ ਬਚਨ ਕਹੇ, ਕਿਹਾ ਆ ਗਲੋਰੀ ਵਿਖਾਈ ਉਹਦੀ, ਅੱਖਰੀ ਨਾਮ, ਅੱਖਰੀ ਸਾਲਾ, ਇਹੋ ਜਿਹੇ ਅੱਖਰ ਜਿਹੜੇ ਤੇਰੇ ਵਿੱਚੋਂ ਮੈਂ ਨੂੰ ਘਟਾਉਣ ਅਤੇ ਤੈਨੂੰ ਰੱਬੀ ਆਸ਼ੇ ਨਾਲ ਜੋੜ ਦੇਣ, ਉਹਨਾਂ ਦੀ ਸਿਫਤ ਸਲਾਹ, ਉਹ ਬਚਨਾ ਜਿਨ੍ਹਾਂ 'ਚ ਇਹ ਸਿਫਤ ਸਲਾਹ, ਜਿਨ੍ਹਾਂ 'ਚ ਇਹੋ ਜਿਹੇ ਖਿਆਲ ਪਏ ਨੇ, ਉਹਨਾਂ ਨੂੰ ਦੁਹਰਾ ਪੜ੍ਹ ਵਾਰ ਵਾਰ, ਤੇਰਾ ਮਨ ਗਾਹਕ ਬਣ ਜਾਏਗਾ ਉਹਦਾ, ਜਿੰਨਾ ਵੱਧ ਪੜ੍ਹੇਗਾ, ਜਿੰਨਾ ਵੱਧ ਉਹਨਾਂ ਨੂੰ ਦੁਹਰਾਏਗਾ। ਹੁਣ ਨਾ ਮਾਡਰਨ ਸਾਈਕੋਲੋਜੀ 'ਚ ਕਿਹਾ ਜਾਂਦਾ ਆ, ਖਾਸ ਕਰਕੇ ਜਿਹੜੇ ਐਜੂਕੇਸ਼ਨਲ ਸਾਈਕੋਲੋਜਿਸਟ ਨੇ, ਉਹ ਕਹਿੰਦੇ ਸਪੋਜ਼ ਕਈ ਵਾਰੀ ਹੁੰਦਾ
ਮਾਪੇ ਕਹਿੰਦੇ ਮੇਰਾ ਬੱਚਾ ਪੜ੍ਹ ਕੇ ਆਹ ਬਣ ਜਾਏ, ਅਤੇ ਉਹਦੇ ਲਈ ਉਸਨੂੰ ਰਾਤ ਦਿਨ ਪੁਸ਼ ਕਰਨਾ, ਜ਼ੋਰ ਲਾਉਣਾ। ਉਹ ਕਹਿੰਦੇ ਤੁਹਾਡੀ ਇੰਟੈਂਸ਼ਨ ਬਿਲਕੁਲ ਠੀਕ ਆ, ਤੁਸੀਂ ਇਹਨੂੰ ਬਣਾਉਣਾ ਚਾਹੁੰਦੇ ਹੋ, 100% ਐਗਰੀ ਕਰਦੇ ਆ, ਪਰ ਕਈ ਵਾਰ ਤੁਹਾਡੀ ਅਪਰੋਚ ਗਲਤ ਆ। ਅਪਰੋਚ ਕੀ ਹੋਏ? ਕਹਿੰਦੇ ਅਪਰੋਚ ਇਹ ਹੈ, ਜੋ ਬਣਾਉਣਾ ਚਾਹੁੰਦੇ ਹੋ ਉਹਦੀ ਗਲੋਰੀ ਉਹਦੇ ਮਨ 'ਚ ਪਾ ਦਿਓ, ਉਹਦੀ ਗਲੋਰੀਫਿਕੇਸ਼ਨ ਕਰੋ, ਉਹਨੂੰ ਇਹੋ ਜਿਹੇ ਲੋਕਾਂ ਨਾਲ ਮਿਲਾਓ, ਇਹੋ ਜਿਹੀਆਂ ਚੀਜ਼ਾਂ ਪੜ੍ਹੋ, ਇਹਦੀ ਚਰਚਾ ਕਰੋ। ਕਰਦਿਆਂ ਕਰਾਉਂਦਿਆਂ ਤੁਸੀਂ ਦੇਖੋਗੇ ਕੁਝ ਹਫ਼ਤੇ ਬਤੀਤ ਹੋਣਗੇ, ਬੱਚਾ ਸੁਪਨੇ ਲੈਣ ਲੱਗ ਜਾਏਗਾ, ਉਹਦੇ ਡ੍ਰੀਮ ਕਰਨ ਲੱਗ ਜਾਏਗਾ, ਉਹਦੀਆਂ ਗੱਲਾਂ ਤੁਸੀਂ ਉਹਨੂੰ ਕਰਕੇ ਸੁਣਾਉਣੀਆਂ ਸੀ, ਉਹ ਤੁਹਾਨੂੰ ਕਰਕੇ ਸੁਣਾਉਣ ਲੱਗ ਜਾਏਗਾ, ਉਹ ਦੱਸਣ ਲੱਗ ਜਾਏਗਾ ਐਕਚੁਅਲੀ ਕੀ ਹੈ। ਉਹਦੇ ਅੰਦਰ ਚੀਜ਼ਾਂ ਇਮੈਜਿਨ ਹੋਣੀਆਂ ਸ਼ੁਰੂ ਹੋ ਜਾਣਗੀਆਂ। ਗੁਰੂ ਬਾਬਾ ਜੀ ਕਹਿੰਦੇ ਇਨਸਾਨ ਨੂੰ ਇਨਸਾਨੀਅਤ, ਉਹਦਾ ਪਾਠ ਪੜ੍ਹਾਓ, ਉਹਦੀ ਗਲੋਰੀਫਿਕੇਸ਼ਨ ਕਰੋ, ਉਸਨੂੰ ਉਹਦੇ ਸਾਹਮਣੇ ਦੱਸੋ। ਅਤੇ ਇਹ ਕੋਈ ਆਊਟ ਆਫ ਬਲਿਊ ਗੱਲ ਨਹੀਂ ਗੀ, ਬਾਬਾ ਜੀ ਕਹਿੰਦੇ ਰਿਐਲਿਟੀ ਇਹ ਹੈਗੀ, ਸੱਚ ਇਹ ਹੈਗਾ। ਜਿਹੜੀ ਚੀਜ਼ ਦਇਆ ਦੇ ਤਸੱਵਰ ਵਿੱਚੋਂ ਪੈਦਾ ਹੋਣੀ ਹੈ, ਜਾਂ ਦਇਆ ਦੇ ਤਸੱਵਰ ਕਰਕੇ ਜਿਹੜਾ ਅਸੀਂ ਜ਼ਿੰਦਗੀ ਦਾ ਰੰਗ ਮਾਨਣਾ ਆ, ਉਹ ਨਿਰਦਈ ਹੋ ਕੇ ਥੋੜ੍ਹਾ ਮਾਣ ਸਕਦੇ ਹਾਂ। ਨਿਰਦਈ ਮਨੁੱਖ ਆਪਣੇ ਲਈ, ਆਲੇ ਦੁਆਲੇ ਲਈ ਸਵਾਏ ਦੁੱਖ ਤੋਂ ਕੁਛ ਵੀ ਨਹੀਂ ਬੀਜਦਾ। ਦਇਆ 'ਚ ਜਿਉਣ ਵਾਲਾ ਮਨੁੱਖ ਆਪਣੇ ਲਈ, ਦੂਜਿਆਂ ਲਈ ਕਿੰਨੇ ਭਲੇ ਦੀਆਂ ਚੀਜ਼ਾਂ ਕਰਦਾ ਹੈ, ਅਲਟੀਮੇਟ ਸੁੱਖ ਤਾਂ ਉਹਦੇ ਵਿੱਚ ਹੈ। ਇਹਦੀ ਗਲੋਰੀਫਿਕੇਸ਼ਨ ਕਰਦੇ ਬਾਬਾ ਜੀ, ਇਹਦੀ ਸਲਾਹ ਕਰਦੇ, ਇਹਦੀ ਸਿਫਤ ਕਰਦੇ, ਕਹਿੰਦੇ ਦਿਆਲੂ ਕਿਉਂ ਨਹੀਂ ਬਣਦਾ ਤੂੰ? ਹੋਰ ਰੂਪ ਦੇਖੀਏ, ਬਾਬਾ ਜੀ ਕਹਿੰਦੇ ਤੂੰ ਦਿਆਲੂ ਇਸ ਕਰਕੇ ਬਣ ਕਿਉਂਕਿ ਜਿਹੜਾ ਤੇਰਾ ਇਸ਼ਟ ਹੈ, ਰੱਬ ਆ, ਉਹਦਾ ਨਾਂ ਹੀ ਦਿਆਲ ਹੈ, ਕਰੀਮ ਆ, ਉਹ ਤਰਸ ਕਰਨ ਵਾਲਾ ਆ। ਇੱਥੋਂ ਬਾਤ ਪਕੜ ਚ ਆਉਂਦੀ ਹੈ। ਈਵਨ ਫਿਰ ਬੇਨਤੀ ਕਰਾਂਗਾ, ਜੇ ਆਪਾਂ ਹਰ ਚੀਜ਼ ਦੀ ਇੰਟਰਪ੍ਰਿਟੇਸ਼ਨ ਚਲੇ ਜਾਈਏ ਨਾ, ਹੈਗਾ ਨਾਮ ਹੀ ਹੈ ਸਾਰਾ, ਜੇਤਾ ਕੀਤਾ ਤੇਤਾ ਨਾ, ਪਰ ਇਹ ਹੈ ਸਾਡੇ ਕੋਲ ਲਾਈਫ ਸਪੈਨ ਬਹੁਤ ਛੋਟਾ ਆ, ਜ਼ਿੰਦਗੀ ਬਹੁਤ ਥੋੜ੍ਹੀ ਹੈ, ਅਸੀਂ ਬਹੁਤੀਆਂ ਗਲਤੀਆਂ ਕਰਕੇ ਜੇ ਸਿੱਖਾਂਗੇ ਤਾਂ ਜ਼ਿੰਦਗੀ ਕਈ ਵਾਰੀ ਗਲਤੀਆਂ ਨਾਲ ਇੰਨੀ ਭਰ ਜਾਏਗੀ, ਸਾਨੂੰ ਸਿੱਖਣ ਦਾ ਮੌਕਾ ਨਾ ਬਣੇਗਾ। ਬੰਦਾ ਘੱਟ ਖਤਾਕਾਰ ਹੋਏ, ਘੱਟ ਖਤਾ ਕਮਾਏ, ਜਲਦੀ ਸਿੱਖ ਲਵੇ, ਉਹ ਜ਼ਿਆਦਾ ਬੈਟਰ ਹੈ। ਅਦਰਵਾਈਜ਼ ਦੇਖੀਏ, ਮੈਂ ਬੀਤੇ ਕੱਲ੍ਹ ਵੀ ਪੂਰਾ ਦਿਨ ਇੱਕ ਇੰਸਟੀਟਿਊਸ਼ਨ ਵਿੱਚ ਸੀਗਾ, ਪ੍ਰਿਜਨ ਵਿੱਚ ਸੀਗਾ, ਆਉਂਦੇ ਕੱਲ੍ਹ ਵੀ ਹੋਣਾ, ਆਲਮੋਸਟ ਪੂਰਾ ਦਿਨ ਮੇਰਾ ਉੱਥੇ ਬਤੀਤ ਹੋਣਾ। ਕਈ ਵਾਰੀ ਮੈਨੂੰ ਸੱਜਣ ਕਹਿਣਗੇ, ਭਾਈ ਸਾਹਿਬ ਸਾਡੇ ਜੋਗਾ ਟਾਈਮ ਨਹੀਂ ਹੁੰਦਾ ਤੁਹਾਡੇ ਕੋਲ, ਤੁਸੀਂ ਉੱਥੇ ਜਾ ਕੇ ਬੈਠੇ ਰਹਿੰਦੇ ਹੋ। ਨੋ ਡਾਊਟ, ਦੇਖੋ ਗੱਲ ਇਹ ਹੈ ਕਿ ਤੇ ਕੁਦਰਤੀ ਤੌਰ 'ਤੇ ਮੈਂ ਸੋਚਦਾ ਆਮ ਦਾ ਚੂਜ਼ਨ ਵਨ, ਜਿਹਨੂੰ ਚੂਜ਼ ਕੀਤਾ ਕਿਤੇ ਕੁਦਰਤ ਨੇ ਇਸ ਕਿਸਮ ਦੇ ਰੋਲ ਵਾਸਤੇ। ਬਾਕੀ ਮੇਰਾ ਲਾਲਚ ਵੀ ਹੈ, ਲਾਲਚ ਬਹੁਤ ਵੱਡਾ ਇਹ ਹੈ ਵੀ ਜੋ ਉਹ ਸਿਖਾ ਸਕਦੇ ਨੇ ਕੋਈ ਹੋਰ ਨਹੀਂ ਸਿਖਾ ਸਕਦਾ। ਮਤਲਬ ਸਿੱਖਣਾ ਹੈ ਤਾਂ ਬੰਦਾ ਉੱਥੇ ਜਾ ਕੇ ਸਿੱਖ ਸਕਦਾ। ਸਾਨੂੰ ਲੱਗਦਾ ਆ ਜਿਹੜਾ ਰੋਜ਼ ਅਸੀਂ ਸੜਕਾਂ 'ਤੇ ਤੁਰੇ ਫਿਰਦੇ ਹਾਂ, ਘਰਾਂ 'ਚ ਜਾਂਦੇ ਹਾਂ, ਘਰਾਂ 'ਚ ਆਉਂਦੇ ਹਾਂ, ਲੋਕ ਕਲਪਦੇ ਨੇ ਮੈਂ ਤਾਂ ਬੜਾ ਤੰਗ ਹਾਂ ਜੀ, ਕਿਉਂ ਤੰਗ ਹਾਂ, ਮੈਨੂੰ ਤਾਂ ਸੱਚੀ ਕੰਮ 'ਤੇ ਜਾਣਾ ਪੈਂਦਾ, ਮੈਨੂੰ ਤਾਂ ਸੱਚੀ ਬੱਚਿਆਂ ਨੂੰ ਸਾਂਭਣਾ ਪੈਂਦਾ, ਮੈਨੂੰ ਤਾਂ ਆਹ ਉਹ। ਮੈਂ ਕਿਹਾ ਹੱਦ ਹੋ ਗਈ, ਉੱਥੇ ਜਾ ਕੇ ਵੇਖਿਆ ਕੋਈ 10 ਦਿਨ ਰਹਿ ਕੇ, ਉਹ ਤੜਪਦੇ ਇਹਨਾਂ ਚੀਜ਼ਾਂ ਨੂੰ, ਤਰਸਦੇ ਕਿਤੇ ਉਹ ਕਿਤੇ ਮੇਰੀ ਆ ਸੈਗਰੀਗੇਸ਼ਨ ਕੱਟੀ ਜਾਏ। ਭਾਈ ਸਾਹਿਬ, ਇਫ ਯੂ ਕੈਨ ਹੈਲਪ ਮੀ, ਦੇ ਐਕਚੁਲੀ ਗਿਵ ਮੀ ਲੈਸ ਟਾਈਮ ਆਫ ਸੈਗਰੀਗੇਸ਼ਨ। ਇਕੱਲੇ ਕੋਠੜੀ 'ਚ ਮੈਨੂੰ ਡੱਕਣ ਦਾ ਟਾਈਮ ਘਟਾ ਦੇਣ ਮੇਰਾ, ਮੈਨੂੰ ਕੋਈ ਪ੍ਰੋਗਰਾਮ ਕਰਵਾ ਦੇ, ਮੇਰੀ ਕੋਈ ਹੈਲਪ ਕਰਾ ਦੇ। ਹੁਣ ਉਹਨੂੰ ਜਾ ਕੇ ਪੁੱਛੋ ਵੀ ਇਹ ਕੀ ਹੈ ਜਿਹਨੂੰ ਅਸੀਂ, ਕਿਉਂਕਿ ਅਸੀਂ ਵਿਜ਼ਨ ਹੀ ਨਹੀਂ ਕਰ ਪਾਉਂਦੇ, ਅਸੀਂ ਵੇਖ ਹੀ ਨਹੀਂ ਪਾਉਂਦੇ। ਸੋ ਉਹ ਸਿੱਖਿਆ
ਆਪ ਖਤਾ ਕਰਕੇ, ਗਲਤੀ ਕਰਕੇ, ਗੁਸਤਾਖੀਆਂ ਕਰਕੇ, ਇਸ ਤੋਂ ਵਧੀਆ ਆ ਜਿਹਨਾਂ ਗਲਤੀਆਂ ਗੁਸਤਾਖੀਆਂ ਕੀਤੀਆਂ ਨੇ ਉਹਨਾਂ ਕੋਲ ਬੈਠ ਲੈ ਦੋ ਪਹਿਲੇ, ਸੁਣ ਲਾ ਉਹਨਾਂ ਦੀਆਂ ਗਲਤੀਆਂ ਗੁਸਤਾਖੀਆਂ, ਪਤਾ ਲੱਗੇਗਾ। ਇੱਕ ਲਿਟਰੇਚਰ 'ਚ ਬਿਆਨ ਕਰ ਦੇਣਾ ਚੀਜ਼, ਸ਼ੇਖ ਸਾਦੀ ਦੀ ਲਿਖੀ ਹੋਈ, ਸ਼ਾਇਦ ਬੋਇਸਤਾਨ 'ਚ ਲਿਖੀ ਉਸਨੇ। ਉਹ ਕਹਿੰਦਾ ਕਿ ਇੱਕ ਦਿਨ ਉਹਦੇ ਸ਼ਾਗਿਰਦ ਜਿਹੜੇ ਦੋਸਤ ਉਹਦੇ ਚੇਲੇ, ਉਹ ਕਹਿੰਦੇ ਸਾਦੀ ਜੀ ਤੁਸੀਂ ਸਾਡੇ ਮੁਰਸ਼ਦ ਹੋ, ਬੜੇ ਕਾਮਲ ਮੁਰਸ਼ਦ ਹੋ, ਸਾਨੂੰ ਵਿੱਚ ਕੋਈ ਸ਼ੱਕ ਨਹੀਂ ਗਾ, ਪਰ ਕਮਾਲ ਇਹ ਹੈ ਅਸੀਂ ਤੁਹਾਡੀ ਸ਼ਾਗਿਰਦਗੀ ਕਰਦੇ ਹਾਂ, ਇੰਨਾ ਜ਼ੋਰ ਲਾ ਕੇ ਕਰਦੇ ਹਾਂ, ਪਰ ਫਿਰ ਪੈਰ ਪੈਰ 'ਤੇ ਗਲਤੀਆਂ ਕਰਦੇ ਹਾਂ। ਅਸੀਂ ਮੰਨਣੇ ਹਾਂ ਤੁਸੀਂ ਸਾਡੇ ਮੁਰਸ਼ਦ ਹੋ, ਤੁਸੀਂ ਸਾਡੇ ਮਾਰਗਦਰਸ਼ਕ ਹੋ, ਰਾਹ ਵਿਖਾਉਂਦੇ ਹੋ, ਪਰ ਇਹਦੇ ਬਾਵਜੂਦ ਵੀ ਸਾਥੋਂ ਗਲਤੀਆਂ ਹੋ ਜਾਂਦੀਆਂ। ਪਰ ਕਮਾਲ ਇੱਕ ਵੇਖਣ ਵਾਲੀ ਇਹ ਹੈ, ਤੁਸੀਂ ਕੋਈ ਗਲਤੀ ਨਹੀਂ ਕਰਦੇ, ਤੁਸੀਂ ਕੋਈ ਕਿਤੇ ਗੁਸਾਖੀ ਨਹੀਂ ਕਰਦੇ। ਅਲਟੀਮੇਟਲੀ ਅਸੀਂ ਜਾਣਨਾ ਇਹ ਚਾਹੁੰਦੇ ਹਾਂ, ਤੁਹਾਡਾ ਮੁਰਸ਼ਦ ਕੌਣ, ਤੁਹਾਨੂੰ ਕੌਣ ਸਿਖਾਉਂਦਾ, ਤੁਹਾਨੂੰ ਕਿਹਨੇ ਸਿਖਾਇਆ। ਆਖਿਰਕਾਰ ਅਸੀਂ ਵੀ ਉਹਦਾ ਹੀ ਪੱਲਾ ਫੜੀਏ ਜਾ ਕੇ, ਵੀ ਜੇ ਤੁਸ ਮਤਲਬ ਤੁਹਾਡੇ ਮੁਰਸ਼ਦ, ਤੁਹਾਨੂੰ ਮੁਰਸ਼ਦ ਮੰਨ ਕੇ ਅਸੀਂ ਅਜੇ ਵੀ ਗਲਤੀਆਂ ਕਰੀ ਜਾ ਰਹੇ ਹਾਂ, ਕਿਉਂ ਨਾ ਉਹਦੇ ਮੁਰਸ਼ਦ ਕੋਲ ਚਲੇ ਜਾਈਏ ਜਿਹੜਾ ਤੁਹਾਨੂੰ, ਜਿਹਦੀ ਮੁਰਸ਼ਦਗੀ ਤੁਸੀਂ ਮਾਣੀ ਹੈ, ਤਾਂ ਕਿ ਤੁਹਾਡੇ ਵਰਗੀ ਉਹ ਜਿਹੀ ਗਲਤੀਆਂ ਹੋਣ ਹੀ ਨਾ। ਸ਼ੇਖ ਸਾਦੀ ਦੋ ਪਾਲੀ ਚੁੱਪ ਰਿਹਾ ਅਤੇ ਫਿਰ ਕਹਿੰਦਾ ਹੈ, ਕਹਿੰਦਾ ਗੱਲ ਇਹ ਹੈ ਵੀ ਕੋਈ ਇੱਕ ਹੋਏ ਤਾਂ ਦੱਸਾਂ, ਮੇਰੇ ਤਾਂ ਬੜੇ ਮੁਰਸ਼ਦ ਨੇ। ਉਹ ਕਹਿੰਦੇ ਕੋਈ ਨਾ, ਦੋ ਚਾਰ ਦੇ ਨਾਂ ਹੀ ਦੱਸੋ, ਦੋ ਚਾਰ ਹੀ ਦੱਸੋ, ਅਲਟੀਮੇਟਲੀ ਦੋ ਚਾਰ ਨੂੰ ਮਿਲਾਂਗੇ ਜਾ ਕੇ। ਫਿਰ ਉਹ ਕਹਿੰਦਾ ਜਿੰਨੇ ਮੂਰਖ ਲੋਕ ਨੇ, ਮੂਰਖ ਮਨੁੱਖ ਨੇ, ਸਾਰੇ ਮੇਰੇ ਮੁਰਸ਼ਦ ਨੇ। ਉਹ ਕਹਿੰਦੇ ਸਾਥੀ ਸਾਹਿਬ ਇਹ ਤੁਸੀਂ ਹੁਣ ਦੇਖੋ ਮਜ਼ਾਕ ਕਰ ਰਹੇ ਹੋ, ਅਸੀਂ ਤੁਹਾਨੂੰ ਸੀਰੀਅਸ ਗੱਲ ਕਰ ਰਹੇ ਹਾਂ, ਤੁਸੀਂ ਸਾਨੂੰ ਜੋਕ ਕਰ ਰਹੇ ਹੋ। ਕਹਿੰਦੇ ਨਾ ਨਾ ਨਾ, ਮੈਂ ਜੋਕ ਨਹੀਂ ਕਰ ਰਿਹਾ, ਮੈਂ ਸੀਰੀਅਸ ਹਾਂ। ਕਹਿੰਦੇ ਐਵੇਂ ਕਿਵੇਂ ਹੋ ਸਕਦਾ। ਕਹਿੰਦੇ ਸੱਚਾਈ ਇਹ ਹੈ, ਜਿੰਨੇ ਮੂਰਖ ਲੋਕ, ਗਲਤੀਆਂ ਕਰਨ ਵਾਲੇ ਲੋਕ, ਜਦੋਂ ਮੈਂ ਉਹਨਾਂ ਨੂੰ ਜਾ ਕੇ ਵੇਖਦਾ, ਉਹ ਗਲਤੀਆਂ ਕਰਦੇ ਨੇ, ਉਹ ਗੁਸਤਾਖੀਆਂ ਕਰਦੇ ਨੇ, ਮੈਂ ਆਪਣੇ ਆਪ ਨੂੰ ਕਹਿੰਦਾ ਸਾਦੀ ਤੂੰ ਇਹੋ ਜਿਹੀ ਗਲਤੀ ਨਹੀਂ ਕਰਨੀ, ਤੂੰ ਇਹੋ ਜਿਹੀ ਕਮੀ ਨਹੀਂ ਲੈ ਕੇ ਆਉਣੀ ਜੀਵਨ 'ਚ, ਤੂੰ ਇਸ ਕਿਸਮ ਦੀ ਖਾਮੀ ਨਾਲ ਨਹੀਂ ਜੁੜਨਾ। ਐਕਚੁਅਲ ਲੈਵਲ 'ਤੇ ਦੇਖਿਆ ਜਾਏ ਨਾ, ਤਾਂ ਫਿਰ ਮੈਂ ਬੇਨਤੀ ਕਰਾਂ, ਜ਼ਿੰਦਗੀ ਬਹੁਤ ਛੋਟੀ ਹੈ। ਜੇ ਬੰਦਾ ਇਹੀ ਸੋਚੀ ਜਾ ਨਾ, ਮੈਂ ਗਲਤੀਆਂ ਕਰ ਕਰਕੇ ਸਿੱਖਾਂਗਾ, ਮੁੱਕ ਜਾਏਗੀ। ਫਿਰ ਕਿਵੇਂ ਸਿੱਖਿਆ ਜਾਏ? ਬਾਬਾ ਜੀ ਕਹਿੰਦੇ ਚੰਗੇ ਅੱਖਰ ਪੜ੍ਹ ਕੇ ਸਿੱਖ ਲਓ, ਚੰਗਾ ਗਿਆਨ ਉਹ ਪੜ੍ਹ ਕੇ, ਇਹੋ ਜਿਹਾ ਗਿਆਨ ਜਿਹੜਾ ਜ਼ਿੰਦਗੀ ਦੀਆਂ ਗਲਤੀਆਂ ਗੁਸਤਾਖੀਆਂ ਤੋਂ ਬਚਾ ਦੇਵੇ। ਸਿਰਫ ਇਹੀ ਥੋੜ੍ਹਾ ਆ ਕਿ ਤੁਸੀਂ ਸੰਸਾਰ ਨੂੰ ਸਿਰਫ ਮਤਲਬ ਸਰਮਾਏ ਦੇ ਤੌਰ 'ਤੇ, ਇਹਨਾਂ ਚੀਜ਼ਾਂ ਤੌਰ 'ਤੇ ਕਮਾਉਣ 'ਤੇ ਹੀ ਲੱਗਣਾ ਆ, ਸੰਸਾਰ ਨੂੰ ਗੁਣਾਂ ਦੇ ਕਮਾਉਣ ਵਾਲੇ ਪਾਸੇ ਵੀ ਲੈ ਕੇ ਜਾਓ। ਜੀਵਨ ਦੇ ਵਿੱਚ ਕੁਝ ਐਸੀ ਉਸਾਰੀ ਵੀ ਕਰੋ ਅਤੇ ਸਿਰਫ ਮੈਂ ਆਪਣੀ ਅਰਨਿੰਗ ਹੈਂਡ, ਆਪਣੇ ਬਟਵੇ ਨਹੀਂ ਵੱਡੇ ਕਰਨੇ, ਮੈਂ ਜ਼ਿੰਦਗੀ ਦਾ ਸੁੱਖ ਸਕੂਨ ਵੀ ਵੱਡਾ ਕਰਨਾ ਆ। ਜ਼ਿੰਦਗੀ ਦੇ ਆਪਣੇ ਅੰਦਰ ਪਏ ਹੋਏ ਜਿਹੜੇ ਮੇਰੇ ਕਰਤਾਰੀ ਕੁਦਰਤ ਨੇ ਦਿੱਤੇ ਹੋਏ, ਬਖਸ਼ੇ ਹੋਏ ਮੇਰੇ ਮਨੁੱਖੀ ਗੁਣ ਨੇ, ਮੈਂ ਉਹਨਾਂ ਨੂੰ ਵੀ ਆਪਣੇ ਆਪ ਸਾਂਭ ਸੰਭਾਲ ਕੇ ਰੱਖਣਾ ਹੈ। ਇਹ ਸਾਰੇ ਕਾਸੇ ਦਾ ਜਿਹੜਾ ਮਦਦਗਾਰ ਆ ਉਹ ਅੱਖਰ, ਉਹ ਗਿਆਨ ਜਿਹੜਾ ਸਾਨੂੰ ਇਸ ਪਾਸੇ ਨੂੰ ਪ੍ਰੇਰ ਰਿਹਾ ਹੈ, ਉਹ ਨਾਮ ਆ। ਗੁਰੂ ਬਾਬਾ ਜੀ ਕਹਿੰਦੇ ਅੱਖਰੀ ਨਾਮ ਅੱਖਰੀ ਸਾਲਾ, ਫਿਰ ਲਿਟਰੀ ਤੌਰ 'ਤੇ ਕਿਹਾ ਅੱਖਰੀ ਗਿਆਨ ਗੀਤ ਗੁਣਗਾ, ਗੀਤ ਗੁਣਗਾ। ਜਿਵੇਂ ਆਪਾਂ ਲੋਕ ਨਾ ਜਿੰਮ ਜਾਂਦੇ ਆ ਅਤੇ ਦੋ ਚਾਰ ਮਹੀਨੇ ਜਾਂਦੇ ਆ, ਫਿਰ ਤੰਗ ਹੋ ਜਾਂਦੇ ਆ, ਫਿਰ ਛੱਡ ਦਿੰਦੇ ਆ, ਬਲਦੋਨੇ ਵੀ ਨਹੀਂ। ਇਹਦੇ ਪੈਰਲਰ ਇੱਕ ਚੀਜ਼ ਹੋਰ ਕਹੀ ਜਾਂਦੀ ਹੈ, ਕੋਈ ਗੇਮ ਜੁਆਇਨ ਕਰ ਲਓ। ਗੇਮ ਕੀ ਹੈ? ਹੁਣ ਗੇਮ ਖੇਡਦਿਆਂ ਖੇਡਦਿਆਂ ਸਾਰੀ ਐਕਸਰਸਾਈਜ਼ ਹੋਈ ਜਾਏਗੀ ਆਪਣੇ ਆਪ।
ਇਕੱਲਾ ਗਿਆਨ ਜੇ ਪੜ੍ਹਾਂਗੇ ਇਹ ਬਹੁਤ ਡਰਾਈ ਹੈ, ਅੱਕ ਜਾਓਗੇ, ਥੱਕ ਜਾਓਗੇ। ਮਨ ਦਾ ਨੇਚਰ ਆ ਇਹਦਾ, ਜੇ ਆਪਾਂ ਦੇਖੀਏ ਨਾ, ਜਿਹੜੀ ਕੰਸੈਂਟਰੇਸ਼ਨ ਕਹਿੰਦੇ ਹਾਂ, ਇਹ ਬਹੁਤ ਛੋੜੀ ਹੁੰਦੀ ਹੈ, ਟੁੱਟ ਜਾਂਦੀ ਹੈ। ਜਿਹਨੂੰ ਅਸੀਂ ਡਿਟਰਮੀਨੇਸ਼ਨ ਕਰਨਾ ਕਹਿੰਦੇ ਆਪਣੇ ਆਪ ਦੇ ਵਿੱਚ, ਇਹ ਲੰਬਾ ਸਮਾਂ ਨਹੀਂ ਚੱਲਦਾ, ਟੁੱਟ ਜਾਂਦਾ। ਫਿਰ ਕਿਵੇਂ ਰਹੇ ਕੀਰਤਨ? ਇਸੇ ਕਰਕੇ ਗੁਰੂ ਬਾਬਾ ਜੀ ਨੇ ਪਾਇਆ, ਰੱਬੀ ਕੀਰਤੀ ਤਰਾਨੇ ਰਾਗ ਗਾਉਂਦਿਆਂ ਪੜ੍ਹਦਿਆਂ ਸੁਣਦਿਆਂ ਨਾਦ ਵੱਜਦਿਆਂ। ਇਹੋ ਜਿਹਾ ਗਿਆਨ ਥੋੜ੍ਹਾ ਥੋੜ੍ਹਾ ਕਰਕੇ ਅਪੀਲ ਕਰੇਗਾ, ਜੀਵਨ ਬਦਲੇਗਾ। ਇੱਥੇ ਕੀਰਤਨ ਨਾਮ ਦੇ ਦਿੱਤਾ, ਇੱਥੇ ਬਚਨ ਆਇਆ ਹਰ ਕੇ ਨਾਮ ਕੀ ਵਡਿਆਈ, ਆ ਮੈਂ ਤੈਨੂੰ ਉਹਦੀ ਵਡਿਆਈ ਦੱਸਾਂ। ਜਿਹੜਾ ਐਕਚੁਅਲ ਲੈਵਲ 'ਤੇ ਤੈਨੂੰ ਧਾਰਨ ਕਰਨਾ ਚਾਹੀਦਾ, ਜਿਹਦੇ ਨਾਲ ਤੂੰ ਜੁੜਨਾ, ਆਪਣੇ ਆਪ ਨੂੰ ਆਤਮ ਸਾਧ ਕਰਨਾ, ਆਠ ਪਹਿਰ ਗੁਣ ਗਾਈ, ਅਤੇ ਇਹਦੇ ਵਿੱਚ ਤਾਂ ਇਹਦੇ ਵਾਸਤੇ ਇਹ ਹੈ। ਵੈਸੇ ਮੰਨਿਆ ਗਿਆ ਕਿ ਬੰਦੇ ਦੇ ਅੰਦਰ ਬਹੁਤ ਸਾਰੇ ਕੰਮ ਐਸੇ ਨੇ ਜਿਨ੍ਹਾਂ 'ਚ ਪ੍ਰੋਕਾਸਟੀਨੇਸ਼ਨ ਹਮੇਸ਼ਾ ਜੇਤੂ ਰਹੀ ਹੈ। ਬੰਦਾ ਕਹਿੰਦਾ ਕੋਈ ਨਾ ਕਰ ਲਵਾਂਗੇ, ਲੈ ਇਹ 'ਚ ਕਿਹੜੀ ਗੱਲ ਆ। ਧਾਰਮਿਕਤਾ ਬਾਰੇ ਇਹ ਰਿਸਰਚ ਦੱਸਦੀ ਹੈ ਕਿ ਬੰਦਾ ਧਰਮ ਤੋਂ ਮੁਨਕਰ ਨਹੀਂ, ਬਾਗੀ ਨਹੀਂ, ਪਰ ਹਾਂ ਧਰਮ ਕਮਾਉਣ ਲਈ ਤਿਆਰ ਵੀ ਨਹੀਂ। ਪ੍ਰੋਕਾਸਟੀਨੇਸ਼ਨ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ। ਫਿਰ ਜੇ ਕਰਨਾ ਵੀ ਹੈ ਤਾਂ ਬੜਾ ਖਾਨੇ ਜੇ ਬਣਾ ਕੇ। ਅਕਸਰ ਲੋਕ ਕਹਿੰਦੇ ਲੈ ਤੂੰ ਸਾਰਾ ਦਿਨ ਪਾਠ ਹੀ ਕਰੀ ਜਾਣਾ, ਸਵੇਰੇ ਕਰ ਲਿਆ ਨਾ, ਬਹੁਤ ਹੈ, ਬਸ ਡਨ, ਬਸ ਤੂੰ ਲੈ ਹਫ਼ਤੇ 'ਚ ਇੱਕ ਦਿਨ ਕਰ ਲਿਆ ਨਾ। ਮੈਨੂੰ ਯਾਦ ਹੈ ਮੈਂ ਇੱਥੇ ਯੰਗ ਬੱਚਿਆਂ ਨਾਲ ਇੱਕ ਵਾਰੀ ਕੁਝ ਸੈਸ਼ਨ ਚੱਲਦੇ ਸੀ ਮੇਰੇ, ਅਤੇ ਗੱਲਬਾਤ ਹੋਈ ਤਾਂ ਉਹਨੂੰ ਪੁੱਛਿਆ, ਉਹ ਕਹਿੰਦਾ ਸੰਡੇ ਇਜ਼ ਮੋਰ ਦੈਨ ਐਨਫ, ਬਸ ਦੈਟਸ ਇਟ। ਵੀ ਸੰਡੇ ਜਾ ਆ ਨਾ ਗੁਰਦੁਆਰੇ, ਬਹੁਤ ਆ, ਹੋਰ ਹੁਣ ਗੁਰਦੁਆਰੇ ਤੁਰ ਰਹੇ ਨੇ। ਦੱਸ ਆਪਾਂ ਨਿਆਣੇ ਬਾਰੇ ਕਦੀ ਗੱਲ ਕਰੀਏ ਨਾ, ਅਤੇ ਨਿਆਣੇ ਕਈ ਵਾਰੀ ਕਹਿਣ ਕੈਨੇਡੀਅਨ ਬਾਰਨ ਪਰੌਂਠ, ਰੋਟੀ ਐਵਰੀ ਡੇ ਰੋਟੀ, ਆਰ ਯੂ ਗਾਇਜ਼ ਕਰੇਜ਼ੀ, ਯੂ ਗਾਇਜ਼ ਡੋਂਟ ਹੈਵ ਐਨੀਥਿੰਗ ਐਲਸ ਟੂ ਈਟ। ਮਤਲਬ ਇਹ ਕਿ ਉਹਨਾਂ ਨੂੰ ਲੱਗਦਾ ਵੀ ਆਹ ਕਿਹੜੀ ਚੀਜ਼ ਹੈ, ਇੱਕੋ ਹੀ ਚੀਜ਼ ਖਾਈ ਜਾਂਦੇ ਤੁਸੀਂ। ਜਦੋਂ ਡੀਪ ਲੈਵਲ 'ਤੇ ਦੇਖਿਆ ਜਾਏ ਤਾਂ ਹਾਂ, ਕਲਚਰਲੀ ਐਪਰੋਪ੍ਰੀਏਟ ਲੱਗਦਾ ਸਾਨੂੰ ਇਹ ਫੂਡ ਜਿਹੜੀ ਚੋਇਸ ਹੈ ਸਾਡੀ, ਪਰ ਇਨ ਡੀਡ ਹੈ ਤਾਂ ਅਨਾਜ ਹੀ ਹੈ, ਇੱਕ ਸ਼ੇਪ ਨੇ, ਦੂਜੀ ਨੇ ਤੀਜੀ। ਪਰ ਜਿਹੜਾ ਇਹ ਬਚਨ ਆ ਆਠ ਪਹਿਰ ਗੁਣ ਗਾਈ, ਅੱਠੋ ਪਹਿਰ ਗੁਣ ਗਾਇਨ ਕਰਨਾ, ਇੱਕ ਐਸੀ ਸਕੂਲ ਆਫ ਥਾਟ ਨੂੰ ਅਡਾਪਟ ਕਰਨਾ ਜੋ ਮਰਜ਼ੀ ਹੋ ਜਾਏ, ਜਿਹੜੇ ਐਥਿਕਸ ਨੇ, ਜਿਹੜੀਆਂ ਵੈਲਿਊਜ਼ ਨੇ, ਜਿਹੜੇ ਹਿਊਮਨ ਨੇਚਰ ਦੇ ਗੁੱਡ ਡੀਡਸ ਨੇ, ਇਹਨਾਂ ਨੂੰ ਐਕਸਰਸਾਈਜ਼ ਕਰਨਾ ਬਸ, ਜੈਸੇ ਮਰਜ਼ੀ ਹਾਲਾਤ ਹੋ। ਇਹਨਾਂ ਨੂੰ ਕਿਹਾ ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ, ਗੁਰਪੂਰੇ 'ਤੇ ਪਾਈ। ਅੱਛਾ ਮੈਨੂੰ ਇਹ ਮਿਲ ਜਾਏ, ਜੋ ਪਹਿਲਾਂ ਬੇਨਤੀ ਕੀਤੀ, ਗੇਮ ਜੁਆਇਨ ਕਰ ਲਾ, ਗੇਮ ਜੁਆਇਨ ਕਰ ਲਈ, ਸਾਰੀ ਐਕਸਰਸਾਈਜ਼ ਆਪੇ ਹੋ ਜਾਣੀ ਹੈ। ਮੈਨੂੰ ਨਹੀਂ ਪਤਾ ਮੈਂ ਉਹਦੀ ਗੁਣਗਾਨ ਕਿਵੇਂ ਕਰਨਾ। ਬਾਬਾ ਜੀ ਕਹਿੰਦੇ ਗੁਰਪੂਰੇ ਨਾਲ ਜੁੜ ਜਾ, ਪੂਰਾ ਗੁਰੂ ਇੱਕ ਐਸਾ ਇੰਸਟੀਟਿਊਸ਼ਨ ਆ ਜਿਹਦੇ ਨਾਲ ਜੁੜਨ ਕਰਕੇ ਤੈਨੂੰ ਇਹ ਚੀਜ਼ ਆਪਣੇ ਆਪ ਮਿਲ ਜਾਏਗੀ। ਹੁਣ ਆ ਜੀ ਸ਼ੁਰੂਆਤੀ ਪਦੇ 'ਚ, ਜਿੱਤ ਪਾਰ ਬ੍ਰਹਮ ਚਿੱਤ ਆਇਆ, ਇਹਦੇ ਬਾਬਤ ਬੜੀ ਡਿਟੇਲ 'ਚ ਬਾਤ ਕਿਸੇ ਦਿਨ ਫਿਰ ਕਰਾਂਗੇ, ਪਰ ਚਿੱਤ ਆਇਆ ਚਿਤਵਣੀ ਦੇ ਵਿੱਚ ਆ ਕੇ ਬੈਠ ਗਿਆ। ਬੰਦੇ ਦੇ ਕਈ ਵਾਰੀ ਮੰਨਿਆ ਗਿਆ ਇਹਦੀ ਜਿਹੜੀ ਮੈਮਰੀ ਦੀਆਂ ਕਈ ਲੈਵਲ ਨੇ, ਸਾਡੀ ਕਾਰਮਿਕ ਮੈਮਰੀ ਹੈ, ਐਟੋਮਿਕ ਮੈਮਰੀ ਹੈ, ਇੰਸਟੈਂਟ ਮੈਮਰੀ ਵੀ ਹੈ। ਮਤਲਬ ਥੋੜ੍ਹੀ ਚੀਜ਼ ਰਹੀ ਫਿਰ ਚਲੀ ਗਈ, ਜਿਵੇਂ ਪਾਣੀ ਦਾ ਬੱਬਲ ਹੁੰਦਾ। ਸਾਡੇ ਬਹੁਤ ਸਾਰੇ ਜਿਹੜੇ ਇਹੋ ਜਿਹੇ ਕੰਮ ਨੇ, ਇਹ ਇੰਸਟੈਂਟ ਮੈਮਰੀ 'ਚ ਥੋੜ੍ਹੀ ਦੇਰ ਲਈ ਆਉਂਦੇ ਨੇ, ਫਿਰ ਚਲੇ ਜਾਂਦੇ ਨੇ। ਜਿਹੜੀ ਡੀਪ ਕਾਰ ਮੈਮਰੀ ਆ ਉਹਦੇ ਚੀਜ਼ਾਂ ਨਹੀਂ ਜਾਂਦੀਆਂ, ਇਸੇ ਲਈ ਬੰਦਾ ਭੁੱਲ ਜਾਂਦਾ। ਭੁੱਲਣ ਦਾ ਕਾਰਨ ਕੀ ਹੈ? ਕਿਉਂਕਿ ਉਹ ਚੀਜ਼ ਫਿਰ ਬੰਦੇ ਨੂੰ ਯਾਦ ਕਰਾਈ ਜਾਂਦੀ, ਫਿਰ ਯਾਦ ਕਰਾਈ ਜਾਂਦੀ ਹੈ। ਗੁਰੂ ਮਹਾਰਾਜ ਬਿਆਨ ਕਰਦੇ ਜਿਹਦੇ ਚਿੱਤ ਵਿੱਚ, ਜਿਹਦੇ ਇੱਕਦਮ ਅੰਦਰ ਫਾਈਬਰ ਚਲੀ ਗਈ, ਜਿੱਤ ਪਾਰ ਬ੍ਰਹਮ ਚਿੱਤ ਆਇਆ, ਸੋ ਕਰ ਦਈ ਵਸਾਇਆ। ਦਈ ਇਹ ਯਈਏ ਅੱਖਰ ਦਾ ਉਚਾਰਨ ਇਕੱਲੇ ਦੇ ਉੱਤੇ ਪੂਰੀ
ਕਿਤਾਬ ਲਿਖੀ ਹੈ, SGPC ਨੇ ਪ੍ਰਿੰਟ ਕੀਤੀ ਹੈ। ਵੈਸੇ ਸਾਡੇ ਪ੍ਰਿੰਸੀਪਲ ਤੇਜਾ ਸਿੰਘ ਜੀ ਤੋਂ ਲੈ ਕੇ ਸਾਰਿਆਂ ਨੇ ਦੱਸਿਆ ਇਹ ਬੜਾ ਜਿਹੜਾ ਹੈਗਾ ਮਤਲਬ ਯਈਏ ਦਾ ਉਚਾਰਨ ਇੱਕ ਤਰੀਕੇ ਦੇ ਨਾਲ ਬੜਾ ਟ੍ਰਿਕੀ ਹੈ ਦੇਖਿਆ ਜਾਏ ਤਾਂ। ਯਈਏ ਨੂੰ ਮਾਤਰਾ ਸਿਹਾਰੀ ਆਵੇ, ਇਹ ਮੁਕਤਾ ਆਵੇ, ਇਹਨੂੰ ਔਂਕੜ ਆਵੇ, ਇਹਦਾ ਉਚਾਰਨ ਸਿਰਫ ਯ ਦੇ ਰੂਪ ਵਿੱਚ ਕੀਤਾ ਗਿਆ, ਇਹਨੂੰ ਮਾਤਰਾ ਦੇ ਨਾਲ ਬਦਲਾਅ ਨਹੀਂ ਲਿਆਂਦਾ ਗਿਆ। ਪਰ ਕਈ ਵਾਰ ਹੁੰਦਾ ਕਿ ਥਿਓਲੋਜੀਕਲ ਸਟੱਡੀਜ਼ ਦੇ ਵਿੱਚ ਦਈਓ ਦਈਏ ਇਸ ਕਿਸਮ ਨਾਲ ਵੀ ਕਿਹਾ ਜਾਂਦਾ, ਪਰ ਇਹਦਾ ਮਾਇਨਾ ਦਈ ਦਈ ਦਾ ਮਤਲਬ ਹੈ ਜਿਹੜਾ ਪ੍ਰੇਮ ਦਾ ਸੋਮਾ ਆ, ਸੋ ਕਰ ਦਈ ਵਸਾਇਆ, ਉਸ ਪ੍ਰੇਮ ਦੇ ਸੋਮੇ ਨੇ ਉਹ ਹਿਰਦਾ ਕਰ ਵਸਾ ਦਿੱਤਾ ਜਿੱਥੇ ਉਹਦਾ ਨਾਮ, ਜਿਹਦੀ ਉਹਦੀ ਆਸਥਾ, ਜਿੱਥੇ ਉਹਦਾ ਅਹਿਸਾਸ ਆ ਕੇ ਵੱਸ ਗਿਆ। ਇਹ ਬਾਤ ਗੁਰੂ ਬਾਬਾ ਜੀ ਨੇ ਕੀਤੀ, ਸੁੱਖ ਸਾਗਰ ਗੁਰ ਪਾਇਆ, ਗੁਰੂ ਦੇ ਜ਼ਰੀਏ ਸੁੱਖਾਂ ਦਾ ਸਾਗਰ, ਅਸਲ ਨਾਮ ਦਾ ਤਸੱਵਰ ਪ੍ਰਾਪਤ ਹੋ ਗਿਆ ਤਾਂ ਸਹਿਸਾ ਸਗਲ ਮਿਟਾਇਆ। ਸਹਿਸਾ ਇਹ ਸਭ ਤੋਂ ਵੱਡੀ ਸਮੱਸਿਆ ਸਾਡੀ ਸਾਰਿਆਂ ਦੀ। ਕੋਈ ਵੀ ਚੀਜ਼ ਆ ਤੁਸੀਂ ਪਹਿਲਾਂ ਉਹਨੂੰ ਐਂਟੀਸਪੇਟ ਕਰ ਦਿਓ, ਜੇ ਇਹਦੀ ਐਂਟੀਸਪੇਸ਼ਨ ਸਹੀ ਨਹੀਂ ਨਾ ਹੋਈ ਵੀ ਆ ਕੰਮ ਐਵੇਂ ਹੋ ਜਾਏਗਾ, ਫਿਰ ਉਹ ਕਦੀ ਵੀ ਨਹੀਂ ਹੋਏਗਾ, ਕਿਉਂਕਿ ਉਹ ਹੋਇਆ ਹੀ ਨਹੀਂ। ਜਿਹੜੀ ਚੀਜ਼ ਤੁਹਾਡੇ ਤਸੱਵਰ 'ਚ ਨਹੀਂ ਆਈ ਆ ਬਾਹਰ ਨਹੀਂ ਆਏਗੀ। ਗੁਰੂ ਬਾਬਾ ਜੀ ਕਹਿੰਦੇ ਸਹਿਸਾ ਸਗਲ ਮਿਟਾਇਆ, ਸਹਿਸਾ ਮਿਟ ਹੀ ਗਿਆ, ਹੁਣ ਕੋਈ ਰਿਹਾ ਹੀ ਨਹੀਂ, ਕਨਫਿਊਜ਼ਨ ਰਹੀ ਨਹੀਂ, ਬਿਲਕੁਲ ਸਕੂਲ ਆਫ ਥਾਟ ਅਲਾਈਨ ਹੋ ਗਿਆ ਉਸ ਪਾਸੇ ਨੂੰ। ਪ੍ਰਭ ਕੀ ਅਕਥ ਕਹਾਣੀ, ਨਮਸਕਾਰ ਇਸ ਬਾਣੀ ਨੂੰ। ਵੈਸੇ ਬਾਬਾ ਜੀ ਸਾਰਾ ਕੁਝ ਬਿਆਨ ਕਰਕੇ ਕਹਿੰਦੇ ਹੈਗੀ ਅਕਥ ਆ, ਕਥ ਕੇ ਵੀ ਕਥੀ ਨਹੀਂ ਜਾਂਦੀ ਕਰੀਏ ਕੀ, ਸਮਝ ਕੇ ਵੀ ਸਮਝ ਨਹੀਂ ਆਉਂਦੀ ਕਰੀਏ ਕੀ। ਕਿਆ ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਜਿਹੜੇ ਰੱਬ ਦੇ ਜਾਣਨ ਵਾਲੇ ਨੇ, ਜਾਣਨੇ ਨਾ, ਉਹ ਅੰਮ੍ਰਿਤ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਬੋਲ ਰਹੇ ਨੇ। ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ। ਗੁਰੂ ਅਰਜਨ ਸਾਹਿਬ ਕਹਿੰਦੇ ਕੋਈ ਮੈਨੂੰ ਵੀ ਆ ਕੇ ਪੁੱਛੇ ਨਾ, ਤੁਸੀਂ ਤਾਂ ਕਮਾਲ ਹੀ ਕਰ ਦਿੱਤੀ। ਅਤੇ ਮਹਾਰਾਜ ਕਹਿੰਦੇ ਮੈਨੂੰ ਵੀ ਨਹੀਂ ਸੀ ਪਤਾ ਗੁਰਪੂਰੇ ਤੇ ਜਾਣੀ, ਪੂਰੇ ਗੁਰੂ ਨੇ ਇਹਦਾ ਜਾਣਕਾਰ ਬਣਾ ਦਿੱਤਾ, ਇਹਨੂੰ ਜਨਾ ਦਿੱਤਾ, ਇਹਨੂੰ ਪਹਿਚਾਣ ਦਿੱਤਾ। ਸਾਹਿਬ ਰਹਿਮਤ ਕਰਨ, ਐਸੇ ਆਲਮੀ ਅਲਾਹੀ ਅਗੰਮੀ ਸੰਦੇਸ਼ ਅਸੀਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ, ਕਿਤੇ ਸਾਡੀ ਸੁਰਤ ਦਾ ਹਿੱਸਾ ਹੋ ਜਾਣ। ਬਸ ਇਹੀ ਦੁਆ ਹੈ, ਇਹੀ ਅਰਦਾਸ ਆ, ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਆਉਂਦੇ ਕੱਲ੍ਹ ਸਵੇਰ ਦੀ ਹਾਜ਼ਰੀ ਫਿਰ ਨਹੀਂ ਹੋਏਗੀ, ਹਾਂ ਪਰਸੋਂ ਅਗਲੇ ਰੋਜ਼ ਜਦੋਂ ਡੈਫੀਨੇਟਲੀ ਹਾਜ਼ਰ ਹੋਵਾਂਗਾ, ਸ਼ਾਮ ਦੇ ਦੀਵਾਨ ਐਜ਼ ਇਟ ਇਜ਼ ਹੀ ਹੋਣਗੇ। ਇਨ ਇੱਥੇ ਸਮਾਪਤੀ ਭਾਈ ਸਾਹਿਬ ਸਮੁੱਚਾ ਸਮਾਪਨ ਕਰਾਉਣ, ਮੈਨੂੰ ਇਜਾਜ਼ਤ ਦੇਣੀ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।